ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਮੈਂ ਮਾਫੀ ਚਾਹੁੰਦਾ ਦਰਸ਼ਕੋ ਕੱਲ ਤੁਹਾਡੇ ਰੂਬਰੂ ਨਹੀਂ ਹੋ ਸਕਿਆ ਕਿਉਂਕਿ ਕਈ ਰੁਝੇਵੇਂ ਹੈਗੇ ਇਦਾਂ ਦੇ ਹੁੰਦੇ ਨੇ ਜਿਹੜੇ ਟਾਲੇ ਨਹੀਂ ਜਾ ਸਕਦੇ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਪਰਸੋਂ ਤੋਂ ਲੈ ਕੇ ਅੱਜ ਤੱਕ ਸੈਂਟਰਲ ਗਵਰਨਮੈਂਟ ਦੇ ਵਿੱਚ ਨਵੀਆਂ ਤਬਦੀਲੀਆਂ ਆਉਣੀਆਂ पर कई चीज़ा उस अचंभित कर दियां ने जिहड़े मन्ने परमन्ने वड्डे लीडर ने उन्हां तों अस्तीफा लै लिया जांदा आ जिद्दां कि तुसीं देख लो डॉक्टर हर्षवर्धन रविशंकर प्रसाद ते प्रकाश जावड़ेकर नवीं टीम नूं दोबारा सहुं चुकाई जांदी है उहदे विच कई तरह के खदशे कई तरह दीआं शंकावां साढ़े दर्शकां दे विच काफ़ी आईआं ने हरदीप सिंह पुरी नूं कैबिनेट मिनिस्टर बना दित्ता जाणा ते उस तों बाद इह अपने मनां दे विच वलवले ने कि शायद उह सिख चेहरा पंजाब इलैक्शन लई भारतीय जनता पार्टी वल्लों मोहरे कीता जाएगा आउण वाला वक्त दसेगा इहदे विच है की चीज़ ते उदू बाद ਆਪਾਂ ਗੱਲ ਕਰਦੇ ਹਾਂ ਜੀ ਆਪਣੇ ਆਪਾਂ ਥਾਂ ਥਾਂ 'ਤੇ ਇਹ ਗੱਲ ਕਰਦੇ ਹਾਂ ਕਿ ਨਾਰੀ ਸ਼ਕਤੀ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਪਰ ਕਈ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਕਿ ਅੱਜ ਯੂਪੀ ਦੇ ਵਿੱਚ ਕੋਈ ਲੋਕਲ ਇਲੈਕਸ਼ਨ ਦੇ ਨਾਮ ਪੱਤਰ ਭਰੇ ਜਾਣੇ ਸੀ ਲਖੀਮਪੁਰ ਖੀਰੀ ਦੇ ਵਿੱਚ ਇੱਕ ਸਮਾਜਵਾਦੀ ਪਾਰਟੀ ਦੀ ਜਿਹੜੀ ਉਮੀਦਵਾਰ ਲੇਡੀ ਸੀ ਜਦੋਂ ਆਪਦਾ ਨਾਮਾਂਕਨ ਪੱਤਰ ਦਾਖਲ ਕਰਨ ਗਈ ਤਾਂ ਪਤਾ ਨਹੀਂ ਹੱਲੇ ਸ਼ੋਰ ਨਹੀਂ ਕਿਹਨੇ ਉਹਨਾਂ ਦੀ ਨਾ ਕਿ ਉਹਨਾਂ ਨੂੰ ਮਾਰਪੀਟ ਕੀਤੀ ਗਈ ਬਲਕਿ ਉਹਦੀ ਸਾੜੀ ਤੱਕ ਨੂੰ ਉਤਾਰ ਦਿੱਤੇ ਜਾਣ ਦੀਆਂ ਹਰਕਤਾਂ ਵੀ ਕੀਤੀਆਂ ਗਈਆਂ ਜਿਹੜੇ ਕੈਮਰੇ ਦੇ ਉੱਤੇ ਔਨ ਰਿਕਾਰਡ ਨੇ ਮੈਨੂੰ ਨਹੀਂ ਪਤਾ ਕਿਹੜੀ ਨਾਰੀ ਸ਼ਕਤੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਦਰਸ਼ਕੋ ਆਪਾਂ ਗੱਲ ਕਰਦੇ ਹਾਂ ਕਿ ਬੜੇ ਸੀਨੀਅਰ ਦਿੱਗਜ ਕਾਂਗਰਸੀ ਨੇਤਾ ਹਿਮਾਚਲ ਪ੍ਰਦੇਸ਼ ਦੇ ਪੂਰਵ ਮੁੱਖ ਮੰਤਰੀ ਵੀਰਭੱਦਰ ਸਿੰਘ ਵੀ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਅਸੀਂ ਅਰਦਾਸ ਕਰਦੇ ਹਾਂ ਵਿਛੜੀ ਆਤਮਾ ਨੂੰ ਪਰਮਾਤਮਾ ਆਪਦੇ ਚਰਨਾਂ 'ਚ ਵਾਸਾ ਦੇਵੇ ਦਰਸ਼ਕੋ ਉਸ ਤੋਂ ਬਾਅਦ ਕਈ ਗੱਲ ਕਰਦੇ ਹਾਂ ਕਿ ਆਪਣੇ ਕਰੋਨਾ ਮਹਾਮਾਰੀ ਦੇ ਵਿੱਚ ਕਈ ਬੱਚਿਆਂ ਦੇ ਦੋਨੋਂ ਮਾਂ ਬਾਪ ਯਾਨੀ ਮਾਂ ਅਤੇ ਮਾਂ ਬਾਪ ਦੋਨੋਂ ਪੇਰੈਂਟਸ ਜਿਹੜੇ ਆ ਉਹ ਚੜ੍ਹਾਈ ਕਰ ਗਏ ਉਹਦੇ ਲਈ ਕੀ ਬੈਨੀਫਿਟ ਸੈਂਟਰਲ ਗੌਰਮੈਂਟ ਜਾਂ ਪੰਜਾਬ ਗੌਰਮੈਂਟ ਲੈ ਕੇ ਆਈ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਹਾਲਾਂਕਿ ਦੂਜੀ ਸਟੇਟਾਂ ਨਾਲੋਂ ਪੰਜਾਬ 'ਚ ਇਹ ਪ੍ਰੋਬਲਮ ਘੱਟ ਆ ਜਿਹੜੀ ਕਿ ਕੁਪੋਸ਼ਣ ਵਾਲੀ ਕਿ ਬੱਚਿਆਂ ਨੂੰ ਪ੍ਰੋਪਰ ਜਿਹੜਾ ਹੈ ਡਾਇਟ ਮਿਲ ਰਹੀ ਹੈ ਔਰ ਖਾਸ ਕਰਕੇ ਛੋਟੇ ਬੱਚੇ ਜਿਹੜੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਰਹੀ ਹੈ ਔਰ ਉਸ ਤੋਂ ਬਾਅਦ ਆਪਾਂ ਲੇਡੀਜ਼ ਦੀ ਗੱਲ ਕਰਦੇ ਹਾਂ ਜਿਹੜੀਆਂ ਲੇਡੀਜ਼ ਘਰੋਂ ਟੋਰਚਰ ਕੀਤੀਆਂ ਜਾਂਦੀਆਂ ਨੇ ਚਾਹੇ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋਣ ਚਾਹੇ ਉਹ ਆਪਣੇ ਜੋ ਹੈ ਕਿਸੇ ਨਾ ਕਿਸ ਤਰ੍ਹਾਂ ਕੋਈ ਡਾਊਰੀ ਯਾਨੀ ਕਿ ਦਹੇਜ ਦੇ ਵੱਲ ਦੀ ਵਜ੍ਹਾ ਨਾਲ ਤੰਗ ਕੀਤਾ ਜਾਣਾ ਹੋਵੇ ਜਾਂ ਉਸ ਤੋਂ ਬਾਅਦ ਆਪਾਂ ਆ ਜਾਂਦੇ ਕਿ ਲੇਡੀਜ਼ ਜਿਹੜੀਆਂ ਡਰੱਗਸ ਵੱਲੋਂ ਚੱਲ ਜਾਂਦੀਆਂ ਉਹਨਾਂ ਦਾ ਪ੍ਰੋਪਰ ਇਲਾਜ ਕਿੱਦਾਂ ਹੋ ਸਕਦਾ ਕਿੱਦਾਂ ਨਹੀਂ ਹੋ ਸਕਦਾ ਇਹ ਵੱਡੀਆਂ ਪ੍ਰੋਬਲਮਾਂ ਉੱਭਰ ਕੇ ਆ ਰਹੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ 'ਤੇ ਝਾਤ ਮਾਰਨ ਨੂੰ ਸਾਡੇ ਨਾਲ ਮੁਅੱਜ਼ਜ਼ ਮਹਿਮਾਨ ਬੜੇ ਮਾਨਯੋਗ ਜਿਹੜੇ ਪੰਜਾਬ ਗੌਰਮੈਂਟ ਦੇ ਵਿੱਚ ਕੈਬਨਿਟ ਮਿਨਿਸਟਰ ਨੇ ਮੇਰੇ ਕਹਿਣ ਤੋਂ ਭਾਵ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਸ਼੍ਰੀਮਤੀ ਅਰੁਣਾ ਚੌਧਰੀ ਜੀ ਸਾਡੇ ਨਾਲ ਜੁੜ ਗਏ ਨੇ ਉਚੇਚੇ ਤੌਰ 'ਤੇ ਪੰਜਾਬ ਤੋਂ ਆਪਾਂ ਉਹਨਾਂ ਤੋਂ ਸਾਰੇ ਕੁਐਸਚਨ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਦੇ ਮੰਚ ਤੇ ਹਾਂਜੀ ਕਿੱਦਾਂ ਸਿਹਤ ਠੀਕ ਹੈ ਜੀ ਪਰਿਵਾਰ ਠੀਕ ਤੁਹਾਡਾ ਹਾਂਜੀ ਬਿਲਕੁਲ ਬਸ ਬਸ ਵਾਹਿਗੁਰੂ ਜੀ ਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮੈਡਮ ਬਹੁਤ ਬਹੁਤ ਜਿਹੜੇ ਵਲਵਲੇ ਨੇ ਬੜੇ ਖਦਸ਼ੇ ਨੇ ਆਪਾਂ ਰਾਜਨੀਤੀ ਵੱਲ ਨਹੀਂ ਜਾਵਾਂਗੇ ਆਪਾਂ ਫੋਕਸ ਕਰਾਂਗੇ ਜਿਹੜਾ ਤੁਹਾਡਾ ਡਿਪਾਰਟਮੈਂਟ ਨੇ ਕਾਫੀ ਸੋਹਣਾ ਕੰਮ ਵੀ ਕੀਤਾ ਪਰ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਜਾਂ ਉੱਭਰ ਕੇ ਜਿਹੜਾ ਪੂਰੀ ਜਿਹੜੀ ਇਨਫੋਰਮੇਸ਼ਨ ਬਾਹਰ ਨਹੀਂ ਆ ਰਹੀ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਮੈਡਮ ਕੁਛ ਟਾਈਮ ਪਹਿਲਾਂ ਕੋਈ 4473 ਕਰੋੜ ਰੁਪਇਆ ਸੈਂਕਸ਼ਨ ਹੋਇਆ ਸੀਗਾ ਤੁਹਾਡੇ ਡਿਪਾਰਟਮੈਂਟ ਨੂੰ ਕਿ ਜਿਹੜੇ ਆ ਬੈਨੀਫਿਟਸ ਚਾਹੇ ਉਹ ਸੋਸ਼ਲ ਸਿਕਿਉਰਿਟੀ ਹੋਵੇ ਪੈਨਸ਼ਨ ਦਾ ਹੋਵੇ ਉਹਦੇ ਵਿੱਚ ਪ੍ਰੋਪਰ ਡਿਸਟ੍ਰੀਬਿਊਸ਼ਨ ਤੁਹਾਨੂੰ ਲੱਗਦਾ ਕਿ ਉਹ ਹੋ ਚੁੱਕਿਆ ਪੰਜਾਬ ਦੇ ਜਿਹੜੇ ਬੈਨੀਫਿਸ਼ਰੀ ਉਹਨਾਂ ਨੂੰ ਮਿਲ ਰਿਹਾ ਇਸ ਟਾਈਮ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਾਂਗੀ ਕਿ ਮੇਰਾ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਹੈ ਜੀ ਜੀ ਜਿਹਦੇ ਵਿੱਚ ਅਸੀਂ ਮਹਿਲਾਵਾਂ ਔਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮਸ ਕੋਈ ਗਵਰਨਮੈਂਟ ਆਫ ਇੰਡੀਆ ਦੇ ਨਾਲ ਚੱਲਦੇ ਨੇ ਕੁਝ ਗਵਰਨਮੈਂਟ ਆਫ ਪੰਜਾਬ ਦੇ ਪ੍ਰੋਗਰਾਮਸ ਹੈ ਉਹਨਾਂ ਨੂੰ ਇੰਪਲੀਮੈਂਟ ਕਰਨਾ ਕਿਉਂਕਿ ਮੇਰਾ ਡਿਪਾਰਟਮੈਂਟ ਕੋਈ ਰੈਵਨਿਊ ਜਨਰੇਟਿੰਗ ਨਹੀਂ ਹੈ ਨਹੀਂ ਜੀ ਮੈਂ ਡਿਸਟ੍ਰੀਬਿਊਸ਼ਨ ਦੀ ਗੱਲ ਕਰ ਰਿਹਾ ਕਿ ਜਿਹੜਾ ਤੁਸੀਂ ਇੰਪਲੀਮੈਂਟ ਹਾਂਜੀ ਹਾਂਜੀ ਉਹ ਵੀ ਅਸੀਂ ਮੈਂ ਦੱਸਣ ਜਾ ਰਹੀ ਹਾਂ ਹਾਂਜੀ ਹਾਂਜੀ ਤਾਂ ਇਸ ਕਰਕੇ
ਜੋ ਵੀ ਕੰਮ ਹੋਣਾ ਹੈ ਸੋਸ਼ਲ ਸੈਕਟਰ ਦੇ ਵਿੱਚ ਕੰਮ ਹੋਣਾ ਹੈ ਔਰ ਇਹਦੇ ਵਿੱਚ ਅਸੀਂ ਹਮੇਸ਼ਾ ਜਾਗਰੂਕ ਰਹਿੰਦੇ ਹਾਂ ਕਿ ਕਿੰਨੀ ਕੁ ਗ੍ਰਾਂਟ ਸਾਨੂੰ ਜਿਹੜੀ ਅਸੀਂ ਬਜਟ ਗਵਰਨਮੈਂਟ ਆਫ ਇੰਡੀਆ ਨੂੰ ਭੇਜਦੇ ਹਾਂ ਕਿਉਂਕਿ ਹਰ ਸਟੇਟ ਨੂੰ ਸਰਵਾਈਵ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਵੱਲ ਦੇਖਣਾ ਪੈਂਦਾ ਜੀ ਕਿਉਂਕਿ ਸਟੇਟ ਕੋਲ ਆਪਣੇ ਇੰਨੇ ਨਹੀਂ ਹੁੰਦੇ ਸੋਰਸਿਸ ਹੁੰਦੇ ਕਿ ਉਹ ਆਪਣੇ ਉੱਪਰ ਹਰ ਡਿਪਾਰਟਮੈਂਟ ਨੂੰ ਸਰਵਾਈਵ ਕਰ ਸਕੇ ਜਾਂ ਜੋ ਬੈਨੀਫਿਸ਼ਰੀ ਸਕੀਮਸ ਨੇ ਉਹਨਾਂ ਨੂੰ ਲਾਗੂ ਕਰ ਸਕੇ ਜੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਨੇ ਉਹ ਗਵਰਨਮੈਂਟ ਆਫ ਇੰਡੀਆ ਤੋਂ ਫੰਡਸ ਜਿਹੜੇ ਨੇ ਉਹ ਆਉਣ ਇਸ ਤਰ੍ਹਾਂ ਹੁੰਦਾ ਹੈ ਕਿ ਜਿੰਨੇ ਫੰਡਸ ਐਲੋਕੇਟ ਹੁੰਦੇ ਨੇ ਉਹਨੇ ਰਿਲੀਜ਼ ਨਹੀਂ ਹੁੰਦੇ ਇਹ ਤਾਂ ਜੀ ਸ਼ੁਰੂ ਤੋਂ ਚੱਲਿਆ ਆ ਰਿਹਾ ਲੇਕਿਨ ਕੁਛ ਸਕੀਮਸ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੀ ਪ੍ਰਾਇਓਰਿਟੀ ਦਿੰਦੀ ਹੈ ਕਿ ਜਿਵੇਂ ਕਿ ਕੁਛ ਸਕੀਮਸ ਐਸੀਆਂ ਨੇ ਜਿਹਦੇ ਵਿੱਚ 80-20 ਹੈ ਕੋਈ 60-40 ਹੈ ਜਿਹਦੇ 'ਚ ਸਟੇਟ ਸ਼ੇਅਰ ਜਿਹੜਾ ਹੈ ਉਹ ਘੱਟ ਹੈ ਔਰ ਜਿਹੜਾ ਗਵਰਨਮੈਂਟ ਆਫ ਇੰਡੀਆ ਕੋਲੋਂ ਜ਼ਿਆਦਾ ਫਾਇਦਾ ਹੈ ਤਾਂ ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾਂਦੀ ਹੈ ਕਿ ਅਗਰ 40% ਜਾਂ 20% ਜਾਂ 10% ਸ਼ੇਅਰ ਦੇ ਕੇ ਸਾਨੂੰ ਫਾਇਦਾ ਹੋ ਸਕਦਾ 100% ਤੇ ਵਾਈ ਨਾਟ ਕਿਉਂ ਨਾ ਉਹਦਾ ਫਾਇਦਾ ਉਠਾਇਆ ਜਾਵੇ ਸੋ ਅਸੀਂ ਇਸ ਚੀਜ਼ ਨੂੰ ਜ਼ਰੂਰ ਕਰਦੇ ਹਾਂ ਕਿ ਇਹ ਜਿਹੜੇ ਪ੍ਰੋਗਰਾਮ ਨੇ ਜਿਹੜੇ ਸਾਡੇ ਚੱਲਦੇ ਆ ਰਹੇ ਨੇ ਉਹਨਾਂ ਨੂੰ ਇੰਪਲੀਮੈਂਟ ਜਿਹੜਾ ਕੀਤਾ ਜਾਵੇ ਜਿਵੇਂ ਤੁਸੀਂ ਗੱਲ ਫੰਡਸ ਦੀ ਕੀਤੀ ਹੈ ਜਿੰਨਾ ਬਜਟ ਤੁਸੀਂ ਦੱਸ ਰਹੇ ਹੋ ਇੰਨਾ ਰਿਲੀਜ਼ ਹੁੰਦਾ ਨਹੀਂ ਹੈ ਪਰ ਜੋ ਮੈਕਸੀਮਮ ਸਾਨੂੰ ਮਿਲ ਜਾਂਦਾ ਸਾਡਾ ਸ਼ੇਅਰ ਅਸੀਂ ਉਹਨੂੰ ਇੰਪਲੀਮੈਂਟ ਕਰਦੇ ਹਾਂ ਜੀ 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 ਮੈਡਮ ਜੀ ਇਹ ਕੁਛ ਸਾਲ ਸਾਲ 1.5 ਸਾਲ ਜਾਂ 2 ਸਾਲ ਪਹਿਲਾਂ ਦੀ ਗੱਲ ਹੈ ਸਾਨੂੰ ਨਹੀਂ ਪਤਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਕੋਈ 162 ਕਰੋੜ ਦਾ ਸਕੈਮ ਆਇਆ ਸੀਗਾ ਪੈਨਸ਼ਨ ਵਾਲੇ ਫੰਡਸ ਦੇ ਵਿੱਚ ਵੀ ਕਿੰਨੀ ਕੁ ਸੱਚਾਈ ਹੈ ਜੇ ਸੱਚਾਈ ਹੈ ਕਿ ਦੋਸ਼ੀ ਫੜੇ ਗਏ ਨੇ ਉਹਨਾਂ ਨੂੰ ਸਜ਼ਾ ਮਿਲ ਚੁੱਕੀਆਂ ਨੇ ਕਿ ਕਿੰਨੀ ਕੁ ਸੱਚਾਈ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਹੈ ਕਿ ਜਦੋਂ ਪਿਛਲੇ ਮੈਂ ਪੋਲੀਟੀਕਲ ਥੋੜਾ ਜਿਹਾ ਇਸ ਨੂੰ ਟੱਚ ਦਵਾਂਗੀ ਜੀ ਕਿ ਪਿਛਲੀ ਸਰਕਾਰ ਵੇਲੇ ਕਾਫੀ ਬਿਨਾਂ ਕਿਸੇ ਕਿਸੇ ਰੂਲਸ ਨੂੰ ਫੋਲੋ ਕਰਦੇ ਹੋਏ ਪੈਨਸ਼ਨਸ ਲਗਾਈ ਗਈਆਂ ਜਿਵੇਂ ਏਜ ਦੀ ਲਿਮਿਟ ਨੂੰ ਇਗਨੋਰ ਕਰਕੇ ਉਹਨੂੰ ਲਗਾਈਆਂ ਗਈਆਂ ਜਸਟ ਟੂ ਬੈਨੀਫਿਟ ਕਿਸੇ ਪਰਟੀਕੂਲਰ ਲੋਕਾਂ ਨੂੰ ਦੇਣ ਵਾਸਤੇ ਜੀ ਜੀ ਸੋ ਜਦੋਂ ਆਪਣੀ ਸਰਕਾਰ ਆਈ ਤਾਂ ਜਿਹੜੇ ਬੈਨੀਫਿਸ਼ਰੀ ਸਹੀ ਮੈਨੇਜ ਸੀਗੇ ਉਹਨਾਂ ਨੂੰ ਬੈਨੀਫਿਟ ਹੋਵੇ ਇਸ ਪਰਪਸ ਦੇ ਵਾਸਤੇ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ 2017 ਚ ਜੀ 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 ਤੇ ਇਹ ਨਿਕਲ ਕੇ ਆਇਆ ਕਿ 70,000 ਜਿਹੜੀਆਂ ਪੈਨਸ਼ਨਸ ਨੇ ਉਹ ਗਲਤ ਲੱਗੀਆਂ ਹੋਈਆਂ ਜੀ 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 ਲੇਕਿਨ ਅਸੀਂ ਕਾਫੀ ਇਹਨੂੰ ਦੁਬਾਰਾ ਡਿਪਟੀ ਕਮਿਸ਼ਨਰ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣਾ ਦਿੱਤੀਆਂ ਕਿ ਹੋ ਸਕਦਾ ਕਿ ਜਿਸ ਦਿਨ ਫਿਜ਼ੀਕਲ ਵੈਰੀਫਿਕੇਸ਼ਨ ਦੀ ਟੀਮ ਪਿੰਡ 'ਚ ਗਈ ਹੈ ਕਈ ਵਾਰੀ ਪਿੰਡ ਦੇ ਜਿਹੜੇ ਬਜ਼ੁਰਗ ਨੇ ਆਪਣੇ ਬੱਚਿਆਂ ਕੋਲ ਗਏ ਹੁੰਦੇ ਨੇ ਕਿਤੇ ਬਾਹਰ ਬੱਚੇ ਰਹਿੰਦੇ ਨੇ ਉਹਨਾਂ ਨੂੰ ਮਿਲਣ ਗਏ ਹੁੰਦੇ ਨੇ ਜਾਂ ਕਿਤੇ ਉਹ ਆਪਣਾ ਟ੍ਰੀਟਮੈਂਟ ਕਰਾ ਰਹੇ ਨੇ ਜੀ ਤੇ ਟੀਮ ਨੇ ਉਹਨਾਂ ਨੂੰ ਸ਼ੋ ਕਰਤਾ ਕਿ ਉਹ ਇੱਥੇ ਰਹਿੰਦੇ ਨਹੀਂ ਹੈ ਸੋ ਐਸੇ ਕਿਸੇ ਨਾਲ ਧੱਕਾ ਨਾ ਹੋਵੇ ਕਿਸੇ ਨਾਲ ਇਨਜਸਟਿਸ ਨਾ ਹੋਵੇ ਇਸ ਕਰਕੇ ਅਸੀਂ ਦੁਬਾਰਾ ਇਹਨਾਂ ਨੂੰ ਕਿਹਾ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੀਆਂ ਗਈਆਂ ਇਹ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਅਗਰ ਇਨ ਸਪਾਈਟ ਆਫ ਦੈਟ ਜਿਹੜੀਆਂ ਕੱਟੀਆਂ ਗਈਆਂ ਨੇ ਅਗਰ ਉਹ ਆ ਕੇ ਆਪਣੇ ਡਾਕੂਮੈਂਟਸ ਪੂਰੇ ਕਰ ਦਿੰਦਾ ਹੈ ਜਾਂ ਅੱਜ ਦੀ ਡੇਟ ਨੂੰ ਹੋ ਸਕਦਾ ਉਹਦੀ ਏਜ ਜਿਹੜੀ ਹੈ ਉਹ ਜਿਹੜੀ ਆ ਪੂਰੀ ਹੋ ਗਈ ਹੋਵੇ ਕਿਉਂਕਿ ਲੇਡੀਜ਼ ਵਾਸਤੇ 58 ਇਅਰਸ ਹੈ ਔਰ ਜੈਂਟਸ ਵਾਸਤੇ 65 ਇਅਰਸ ਦੀ ਏਜ ਹੈ ਪੈਨਸ਼ਨ ਵਾਸਤੇ ਓਲਡ ਏਜ ਪੈਨਸ਼ਨ ਸੋ ਅਗਰ ਉਹ ਆਪਣੇ ਡਾਕੂਮੈਂਟਸ ਪੂਰੇ ਕਰਦਾ ਹੈ ਉਹਦੀ ਏਜ ਪੂਰੀ ਹੈ ਤੇ ਉਹਨੂੰ ਰੀਸਟੋਰ ਕੀਤਾ ਜਾਵੇ ਸੋ ਤੁਹਾਨੂੰ ਇਹ ਮੈਂ ਦੱਸ ਰਹੀ ਹਾਂ ਕਿ 20,000 ਜਿਹੜੀਆਂ ਉਹਨਾਂ ਵਿੱਚੋਂ ਅਸੀਂ ਦੁਬਾਰਾ ਪੈਨਸ਼ਨ ਰੀਸਟੋਰ ਕਰ ਦਿੱਤੀਆਂ ਜੀ 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 ਸੋ ਦ ਪ੍ਰੋਸੈਸ ਜਿਹੜਾ ਹੈ ਉਹ ਸਟਿਲ ਚੱਲਿਆ ਆ ਰਿਹਾ ਹੈ ਜਦੋਂ ਅਲਟੀਮੇਟਲੀ ਸਾਡੇ ਕੋਲ ਐਂਡ ਰਿਜ਼ਲਟ ਨਿਕਲੇਗਾ ਉਦੋਂ ਅਸੀਂ ਜਿਹੜੇ ਕਾਰਵਾਈ ਜਿਹੜੀ ਹੈ ਜਿਨ੍ਹਾਂ ਨੇ ਗਲਤ ਲਗਾਈਆਂ ਸੀ ਉਹਨਾਂ ਤੇ ਕਾਰਵਾਈ ਜ਼ਰੂਰ ਕਰਾਂਗੇ ਜੀ ਮੈਡਮ ਜੀ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਤੁਹਾਡੇ ਕੋਲ ਹੈਗਾ ਕਿ ਨਹੀਂ ਪਰ ਇਨ ਜਨਰਲ ਮੈਂ ਤੁਹਾਨੂੰ ਮੈਡਮ ਪੁੱਛ ਰਿਹਾ ਕਿ ਬੜੀਆਂ ਸ਼ਿਕਾਇਤਾਂ ਆਈਆਂ ਸੀ ਘੱਟ ਨੇ ਹੁਣ ਪਿਛਲੇ ਕਈ ਮਹੀਨਿਆਂ ਤੋਂ ਜਾਂ ਸਾਲ ਤੋਂ ਕਿ ਉਹ ਜਿਹੜੀ ਸ਼ਗਨ ਸਕੀਮ ਸੀਗੀ ਓਵਰ ਦਾ ਪੀਰੀਅਡ ਆਫ ਟਾਈਮ ਤੁਹਾਡੀ ਗੌਰਮੈਂਟ ਜਾਂ ਉਦੋਂ ਪਿਛਲੀ ਆਪਾਂ ਕਿਸੇ 'ਤੇ ਉਹ ਨਹੀਂ ਉਂਗਲ ਉਠਾ ਰਹੇ ਕਿ ਜਿਹੜੀਆਂ ਬੱਚੀਆਂ ਹਾਲੇ ਵਿਆਹ ਦੇ ਲਾਇਕ ਹੀ ਨਹੀਂ ਹੋਈਆਂ ਵਿਚਾਰੀਆਂ ਹਾਲੇ ਸਕੂਲ 'ਚ ਨੇ ਜਾਂ ਕਈ ਬੱਚੀਆਂ ਦਾ ਵਿਆਹ ਹੋ ਗਿਆ ਉਹਨਾਂ ਵਿਆਹ ਹੋਏ ਉਹ ਬੱਚੇ ਵੀ ਹੋ ਗਏ ਸ਼ਗਨ ਸਕੀਮ ਉਹ ਦੁਬਾਰਾ ਦੁਬਾਰਾ ਉਹਨਾਂ ਦੇ ਨਾਮ 'ਤੇ ਜੋ ਹੈ ਸ਼ਗਨ ਸਕੀਮ ਤੋਂ ਪੈਸਾ ਲਿਆ ਜਾਂਦਾ ਅਤੇ ਹਾਲਾਂਕਿ ਉਹ ਬੱਚੀਆਂ ਹਾਲੇ ਵਿਆਹ ਯੋਗੀਆਂ ਵੀ ਹੁੰਦੀਆਂ ਵੀ ਨਹੀਂ ਹੁੰਦੀਆਂ ਕਿ ਇਸ ਚੀਜ਼ ਨੂੰ ਨੱਥ ਪਾਉਣ ਲਈ ਤੁਸੀਂ ਕੁਛ ਕਰ ਰਹੇ ਹੋ ਇਸ ਤਰ੍ਹਾਂ ਕਿ ਮੇਰੇ ਕੋਲ ਇਹ ਡਿਪਾਰਟਮੈਂਟ ਨਹੀਂ ਹੈ ਇਹ ਸੋਸ਼ਲ ਵੈਲਫੇਅਰ ਦੇ ਕੋਲ ਹੈ ਜੀ ਜੀ ਔਰ ਇਹ ਉਹਨਾਂ ਨੇ ਵੈਸੇ ਕਾਫੀ ਐਫਰਟ ਵੀ ਕੀਤਾ ਹੈ ਕਿ ਹੁਣ ਐਸਾ ਕੋਈ ਜੀ
ਜ਼ਰੂਰ ਕੇਸਿਸ ਹੋਣਗੇ। ਕੈਨ ਯੂ ਹੀਅਰ ਮੀ? हाँ जी, हाँ जी, आ रही आवाज़, आ रही। हाँ जी, ਕਈ ਕੇਸਿਸ ਐਸੇ ਜ਼ਰੂਰ ਹੋਣਗੇ ਜਿਨ੍ਹਾਂ ਨੇ ਫਾਈਲਾਂ ਹੀ ਗਲ ਜਦੋਂ ਉਹਦਾ ਟਾਈਮ ਪੀਰੀਅਡ ਨਿਕਲ ਚੁੱਕਿਆ ਤੇ ਉਦੋਂ ਗਈਆਂ। ਔਰ ਕਈ ਗੱਲ ਤੁਸੀਂ ਬੜੇ ਹੈਰਾਨ ਹੋਵੇ ਕਿ ਕਈ ਪਿੰਡ ਵਾਲਿਆਂ ਨੇ ਫਾਈਲਾਂ ਭਰ ਕੇ ਆਪਣੇ ਕੋਲ ਹੀ ਰੱਖੀਆਂ ਹੋਈਆਂ ਘਰ 'ਚ, ਕਿ ਜੀ ਸ਼ਗਨ ਸਕੀਮ ਤੇ ਜਦ ਤੱਕ ਤੁਸੀਂ ਉੱਥੇ ਆਫਿਸ 'ਚ ਜਮ੍ਹਾਂ ਨਹੀਂ ਕਰਾਓਗੇ ਉਦੋਂ ਤੱਕ ਜੀ ਜਿਹਦੇ ਵਿੱਚ ਸਨੈਗ ਹੋਵੇ, ਲੇਕਿਨ ਅਦਰਵਾਈਜ਼ ਬੈਕਲੌਗ ਸਾਰਾ ਕੰਪਲੀਟ ਹੋ ਚੁੱਕਾ। जी जी मैडम जी, एक एक, एक कार्ड है, व्हाट इज शिक्षा अभियान कार्ड एंड जॉब कार्ड, कि यह वाकई धरातल से चीज़ें काम कर रही हैं, तो बेनिफिट हो रहा है लोगों को? ਜੋਬ ਕਾਰਡ ਇਸ ਤਰ੍ਹਾਂ ਹੈ ਕਿ ਐਮਪਲੋਇਮੈਂਟ ਐਕਸਚੇਂਜਸ ਜਿਹੜੀਆਂ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਹੈਗੀਆਂ ਨੇ। ਉੱਥੇ ਜਿੰਨੀ ਜਿੰਨੀ ਕੁਆਲੀਫਿਕੇਸ਼ਨ ਕਿਸੇ ਦੀ ਹੈਗੀ ਹੈ ਉਹ ਆਪਣੇ ਆਪ ਨੂੰ ਉੱਥੇ ਰਜਿਸਟਰ ਕਰਵਾ ਦਿੰਦਾ। ਜੀ ਜੀ ਸੋ ਜੀ ਉੱਥੇ ਜਦੋਂ ਵੱਖ ਵੱਖ ਪ੍ਰਾਈਵੇਟ ਕੰਪਨੀਜ਼ ਦੇ ਜਾਂ ਗਵਰਨਮੈਂਟ ਦੀਆਂ ਜਦੋਂ ਸਾਈਟਸ ਨੇ ਉਹ ਐਪ ਇੱਕ ਡਾਊਨਲੋਡ ਕਰਕੇ ਜਦੋਂ ਵੀ ਕੋਈ ਨਵੀਂ ਸਰਕਾਰੀ ਜੋਬ ਨਿਕਲਦੀ ਹੈ ਉਹ ਬੱਚਿਆਂ ਨੂੰ ਪਤਾ ਲੱਗ ਜਾਂਦੀ ਹੈ ਕਿ ਸੋ ਦੈਟ ਉਹ ਅਪਲਾਈ ਕਰ ਸਕਣ। ਅਤੇ ਜਿਹੜੀ ਪ੍ਰਾਈਵੇਟ ਕੰਪਨੀਜ਼ ਨੇ ਉਹਨਾਂ ਨੂੰ ਬੁਲਾ ਕੇ ਉੱਥੇ ਉਹਨਾਂ ਨੂੰ ਉਹ ਕਾਉਂਸਲਿੰਗ ਕਰਦੇ ਨੇ ਬੱਚਿਆਂ ਦੀ ਜਿਨ੍ਹਾਂ ਨੇ ਉੱਥੇ ਇੰਪਲੋਇਮੈਂਟ ਐਕਸਚੇਂਜ 'ਚ ਨਾਂ ਦਰਜ ਕਰਾਏ ਹੋਏ ਨੇ ਅਤੇ ਉਹਨਾਂ ਨੂੰ ਪ੍ਰਾਈਵੇਟ ਕੰਪਨੀਜ਼ ਦੇ ਵਿੱਚ ਐਡਜਸਟ ਕਰਨ ਵਾਸਤੇ ਉੱਥੇ ਉਪਰਾਲਾ ਕੀਤਾ ਜਾਂਦਾ ਹੈ ਐਟ ਡਿਪਟੀ ਕਮਿਸ਼ਨਰ ਉਹਨਾਂ ਦੀ ਦੇਖ ਰੇਖ ਦੇ ਹੇਠ। ਜੀ ਜੀ ਸੋ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ। ਕੀ ਇਹ ਪੂਰੀ ਜਿਹੜੀ ਆਪਣੀ ਪੂਰੀ ਜਿਹੜੀ ਆਪਣੀ ਜਨਤਾ ਹੈ ਪੰਜਾਬ ਦੀ, ਕੀ ਉਹ ਪੂਰਾ ਇਸ ਚੀਜ਼ ਤੋਂ ਅਵੇਅਰ ਨੇ, ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਕਿ ਆਹ ਚੀਜ਼ਾਂ ਵੀ ਐਗਜ਼ਿਸਟ ਕਰਦੀਆਂ ਨੇ? ਜੀ ਬਿਲਕੁਲ, ਹਰ 6 ਮਹੀਨੇ ਦੇ ਬਾਅਦ ਜੀ ਜੌਬ ਜੀ ਫੇਅਰ ਲੱਗਦਾ ਹੈ। ਜੀ ਜੀ ਜੌਬ ਜੀ ਫੇਅਰ ਉਹਦੀ ਪ੍ਰੋਪਰ 3-4 ਦਿਨੋਂ ਚੱਲਦਾ ਹੈ ਔਰ ਉੱਥੇ ਅਵੇਅਰਨੈਸ ਵੀ ਕ੍ਰੀਏਟ ਕਰਦੇ ਆ, ਵੱਖ-ਵੱਖ ਕੰਪਨੀ ਦੇ ਲੋਕ ਆ ਕੇ ਉਹਨਾਂ ਨੂੰ ਸਮਝਾਉਂਦੇ ਨੇ। ਪਰ ਕਈ ਵਾਰੀ ਉਹਨਾਂ ਦੇ ਕਈ ਵਾਰ ਮਾਪਦੰਡਾਂ ਤੇ ਪੂਰਾ ਅਗਰ ਨਹੀਂ ਉਤਰਦੇ ਸੋ ਉਹਨਾਂ ਨੂੰ ਫੈਸਿਲਿਟੀਜ਼ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਥੇ ਨਹੀਂ ਤੇ ਤੁਸੀਂ ਦੂਸਰੀ ਜਗ੍ਹਾ ਅਪਲਾਈ ਕਰੋ ਜੀ ਜਾਂ ਜੀ ਜੀ ਉੱਥੇ ਹੀ ਕਈ ਕੰਪਨੀਜ਼ ਨੇ ਜਿਹੜੀਆਂ ਉੱਥੋਂ ਚੂਜ਼ ਕਰਕੇ ਲੈ ਜਾਂਦੇ ਨੇ। ਜੀ ਜੀ ਸੋ ਮੈਡਮ, ਇਹ ਹਰ 6 ਮਹੀਨੇ ਦੇ ਬਾਅਦ ਇਹ ਹੁੰਦਾ। ਜੀ 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 ਮੈਡਮ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਕਨੈਕਟੀਵਿਟੀ ਸੈੱਟ ਕਰਕੇ ਵਾਪਸ ਆਉਂਦੇ ਹਾਂ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਅਰੁਣਾ ਚੌਧਰੀ ਜੀ, ਕੈਬਨਿਟ ਮਿਨਿਸਟਰ ਪੰਜਾਬ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਤੇ। ਮੰਚ ਤੋਂ ਦਰਸ਼ਕੋ, ਹਰ ਪ੍ਰੋਗਰਾਮ ਨੂੰ, ਹਰ ਇਦਾਰੇ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ ਉਹਨੂੰ ਕੰਟੀਨਿਊ ਰੱਖਣ ਲਈ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਕੋਈ ਐਡ ਤਾਂ ਤੁਹਾਡਾ ਇਵੈਂਟ ਕਵਰ ਕਰੀਏ, ਪਲੀਜ਼ info@justbroadcasting.com ਜਾਂ 209-400-3862 'ਤੇ ਕੰਟੈਕਟ ਕਰਕੇ ਸਾਨੂੰ ਤੁਸੀਂ ਪ੍ਰੋਤਸਾਹਨ ਦੇ ਸਕਦੇ ਹੋ। ਆਪਣੇ ਨਾਲ ਜੁੜੇ ਨੇ ਮਾਨਯੋਗ ਅਰੁਣਾ ਚੌਧਰੀ ਜੀ। ਮੈਡਮ, ਵੈਲਕਮ ਬੈਕ ਆਫਟਰ ਬ੍ਰੇਕ। ਮੇਰਾ ਕੁਐਸਚਨ ਇਹ ਹੈ ਕਿ ਕਰੀਬ ਤੁਹਾਡੇ ਡਿਪਾਰਟਮੈਂਟ ਨੇ 3.5 ਲੱਖ ਤੋਂ ਉੱਪਰ ਐਪਲੀਕੇਸ਼ਨ ਰਿਸੀਵ ਕੀਤੀ ਹੈ, ਜਿਹੜਾ ਕਿ ਯੂਨੀਕ ਡਿਸੇਬਿਲਿਟੀ ਆਈਡੈਂਟੀਫਿਕੇਸ਼ਨ ਕਾਰਡ ਵਾਸਤੇ। ਜੋ ਆਂਕੜੇ ਦੱਸ ਰਹੇ 2 ਲੱਖ ਤੋਂ ਉੱਪਰ ਲੋਕ ਬੈਨੀਫਿਟ ਵੀ ਲੈ ਰਹੇ, ਕਿੰਨੀ ਕੁ ਸੱਚਾਈ ਹੈ ਔਰ ਕਿਸ ਡਿਗਰੀ 'ਤੇ ਇਹ ਪ੍ਰੋਗਰਾਮ ਕੰਮ ਕਰ ਰਿਹਾ? ਅਸੀਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਕਮੇਟੀਆਂ ਬਣਾਈਆਂ ਨੇ ਜਿਹੜੇ UDIH ਕਾਰਡ ਜਿਹੜੇ ਨੇ, ਯੂਨੀਕ ਡਿਸੇਬਿਲਿਟੀ ਕਾਰਡ ਜਿਹੜੇ ਨੇ, ਇਹ ਬਹੁਤ ਸਪੀਡ ਦੇ ਨਾਲ ਜੀ ਅੱਜ ਦੀ ਡੇਟ ਤੱਕ ਔਰ ਇਹ ਕੰਮ ਲਗਾਤਾਰ ਚੱਲ ਰਿਹਾ ਔਰ ਅਸੀਂ ਪਹਿਲੇ ਅਸੀਂ ਪੂਰੇ ਆਲ ਇੰਡੀਆ 'ਚ ਦੇ ਵਿੱਚ ਮੇਰੇ ਖਿਆਲ 17ਵੇਂ ਨੰਬਰ 'ਤੇ ਸੀਗੇ, ਹੁਣ ਅਸੀਂ 7 ਨੰਬਰ 'ਤੇ ਆ ਗਏ ਹਾਂ ਬਿਕੋਜ਼ ਆਫ ਅਵਰ ਸਪੀਡ। ਅਤੇ ਅਸੀਂ ਕਾਫੀ ਕਵਰ ਕਰ ਰਹੇ ਹਾਂ ਅਤੇ ਇਹ ਬਾਕੀ ਜਿਹੜੇ ਰਹਿ ਗਏ ਨੇ ਇਹ ਵੀ ਅਸੀਂ ਬਹੁਤ ਜਲਦੀ UDIH ਕਾਰਡ ਜਿਹਨਾਂ ਜੋ ਡਿਜ਼ਰਵਿੰਗ ਨੇ ਉਹਨਾਂ 'ਤੇ ਪਹੁੰਚ ਜਾਣਗੇ। ਜੀ ਮੈਡਮ, ਤੁਹਾਡਾ ਜਿਹੜਾ ਡਿਪਾਰਟਮੈਂਟ ਹੈ ਸੋਸ਼ਲ ਸਿਕਿਉਰਿਟੀ ਐਂਡ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ, ਕੀ ਇਹ ਜਿਹੜੇ ਸਾਡੇ ਬਜ਼ੁਰਗ ਨੇ, ਐਲਡਰਲੀ ਨੇ, ਸੀਨੀਅਰ ਸਿਟੀਜ਼ਨ ਨੇ, ਉਹਨਾਂ ਨੂੰ ਕੋਈ ਫ੍ਰੀ ਮੈਡੀਕਲ ਬੈਨੀਫਿਟਸ ਵੀ ਦੇ ਰਿਹਾ? ਕਿ ਉਹਨਾਂ ਨੂੰ ਕੋਈ ਫ੍ਰੀ ਦਵਾਈ ਇਲਾਜ ਦਾ ਕੋਈ ਉਪਰਾਲਾ ਹੋ ਰਿਹਾ ਤੁਹਾਡੇ ਡਿਪਾਰਟਮੈਂਟ ਵੱਲੋਂ? ਸਾਡੇ ਡਿਪਾਰਟਮੈਂਟ ਵੱਲੋਂ ਐਸ ਸੱਚ ਨਹੀਂ ਹੈ, ਬਟ ਇਹ ਹੈ ਕਿ ਜਿਹੜੇ ਗਵਰਨਮੈਂਟ ਵੱਲੋਂ ਜਿਹੜੇ ਉਹਨਾਂ ਦੇ ਕਾਰਡਸ ਨੇ, ਹੈਲਥ ਕਾਰਡਸ ਨੇ, ਉਹ ਬਣਾਏ ਹੋਏ ਨੇ ਕਿ 5 ਲੱਖ ਤੱਕ ਉਹਨਾਂ ਦੀ ਜਿਹੜੀ ਇਲਾਜ ਹੈ ਉਹ ਫ੍ਰੀ 'ਚ ਹੋ ਜਾਏਗਾ। ਉਸ ਤੋਂ ਇਲਾਵਾ ਵੀ ਅਗਰ ਕੋਈ ਐਸੀ ਕੋਈ ਹੈ ਤਾਂ ਗਵਰਨਮੈਂਟ ਉਹਦੀ ਹੈਲਪ ਕਰਦੀ ਹੈ। ਸੋ ਇਹ ਵਾਲਾ ਇੱਕ ਹੈਲਥ ਡਿਪਾਰਟਮੈਂਟ ਨੇ ਇਹ ਜਿਹੜਾ ਮੁਹਿੰਮ ਚਲਾਈ ਹੈ। ਬਾਕੀ ਸਾਡੇ ਕੋਲ ਓਲਡ ਏਜ ਹੋਮਸ ਨੇ
जी जिवें तुहानू पता है कि वैसे तां बाहर दा खैर कुछ सिस्टम अलग है, लेकिन इंडिया दे विच फिर भी जिथे एक गल दी खुशी है कि साडे कोल एक गवर्नमेंट दा फुल्ली रन बाय पंजाब स्टेट ग्रांट एक ओल्ड एज होम है। 50 साडे जिहड़े ओल्ड एज होम्स ने ए रन बाय एनजीओस है, जी 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 और इहदा 1409 सीनियर सिटीजन जिहड़े इस वेले रह रहे ने। जिथे दे दो होर साडे तपा ते मानसा दे विच बन रहे ने ओल्ड एज होम्स, जिथे इस गल दी खुशी है कि चलो असीं सीनियर सिटीजन वास्ते कुछ कर रहे हैं, बट उत्थे सानू भी लगदा है कि सानू भी हर सिटीजन नू भी अपनी ये एक जिम्मेवारी है, जिम्मेवारी बन क्योंकि पंजाब दे विच जिथे काफ़ी क्लोज निट फैमिलीज ने, एक बजुर्ग जिन्हें सारी उम्र अपने बच्चों को पाल पोस के वड्डा किया है, तो ओल्ड एज दे विच साडा फर्ज बनता कि असी वो लुक आफ्टर करिए, तो क्या उन्होंने अपने घर च रहन दी भी रहना भी नसीब ना हो, तो बहुत ही दुखदाई गल है। जी 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 जिथे खुशी है उत्थे इस गल का अफसोस भी होंगे कि साढ़े बजुर्ग जड़े ने वो बेचारे ओल्ड एज होम्स के गवर्नमेंट की देख रेख च या एनजीओज की देख रेख के दे रह रहे हैं। सो पर फिर भी असी इस मुश्किल को देख के अखा बंद नहीं कर सकते, जो फैक्चुअल पोजिशन है वो तो है सोसाइटी के सबनों पता ही है। सो असी उन्होंने टेक केयर करते हैं और उन्होंने ओल्ड एज पेंशन भी देने, जी जी जिवें मैं जी पहले भी तुहानू दस्सिया इस वेले जदों साडी सरकार बनी सी उदों 17 लाख पेंशन होल्डर सीगे जी पंजाब जी दे जी विच, जी जी और उदों 250 रुपया ही पेंशन जिहड़ी सी ओह मिलदी सी, विच उदों मैनूं लगदा कि बहुत घट सीगी। लेकिन अज मैनूं इह दसदे खुशी है कि अज 26,27,100 पेंशन होल्डर्स ने पंजाब दे विच, और पेंशन भी वधा के साडी गवर्नमेंट ने इस महीने तो 1,500 रुपया कर दिया 1500 रुपये स्लाट। जी। हाँ जी हाँ जी बहुत हाँ जी, वड्डा ये काफी वड्डा एक मतलब मेरे मन का एक सपना सी कि मैं ये पेंशन जड़ी है ना जो असी वायदा किया सी अपने सरकार बनने तो पहले मैं पूरा करूंगी, मैंने लगता सी कि मेरी जिम्मेवारी है कि मैं पूरा करा, और आई एम वेरी थैंकफुल टू द चीफ मिनिस्टर कि जी उन्होंने ये गल मेरी समझिया, जी और मैं लगता है कि जो असं पिंडा च जाने हैं, क्योंकि असं सारे कितने ना कितने पिंडा जुड़े हुए हैं, जी जो असं जी पिंडा च जाने हाँ कि बच्चे पढ़ लिख के नौकरी के वास्ते शहरों से चले जाते हैं, लेकिन पिंडा च सिर्फ रह जाते हैं बजुर्ग बुजुर्ग जिन्हों की देखभाल वास्ते कोई नहीं होता। सो अगर अगर दो बजुर्ग ने हस्बैंड वाइफ ने उन्होंने अगर 3,000 रुपया महीने का मिल जाए, और फ्री रैशनिंग जिमें इतने सिस्टम है कि फूड एंड सिविल सप्लाई जो है डिपार्टमेंट है जी जी वो जी ग्रेट इनकम वाले फ्री जी राशन देता है हर 6 महीने के बाद, तो एक बहुत बड़ा रिलीफ जो है वो बुजुर्गों को मिल सकता है मैडम अपने और हो कॉलर सकता जुड़ है। हाँ जी एक कॉलर जुड़ गया अपना जी कॉल लेके अगे वधदे हैं जी। सत श्री अकाल जी तुसी ओनर हो पन्नू साहब डॉक्टर पन्नू बहुत बहुत स्वागत जी। मैडम अरुणा चौधरी जी अपने नाल जुड़े हुए ने की क्वेश्चन है तुहाडा जी जी पन्नू साहब तुसी ओनर हो जी। जस पंजाबी दे दर्शकों का धन्यवाद। मैडम अरुणा चौधरी जी पंजाब तो, उन्हों का भी बहुत बहुत धन्यवाद इस प्रोग्राम च आने पर। सवाल मेरा यही है कि पंजाब की पहली जनरेशन जिन्होंने हरित क्रांति लियांदी, मेहनत कीतियां, टिब्बे कराहे, पंजाब का ढिड भरिया, पंजाब नूं फूड बाउल ऑफ इंडिया कहण दा मौका दिता, हरी क्रांति लियांदी, बड़ी मेहनत की उन्होंने बंदिया ने, किसानों ने, मजदूर ने, अज वो बुढ़ापे च बैठे ने, जी उन्होंने जी कोई सोशल सिक्योरिटी नहीं, उन्होंने अपनी रहिंदी जिंदगी बसर करने वास्ते उन्हों का सहारा नहीं, कि पंजाब गवर्नमेंट को कैड़ियां स्कीमां ने जिहड़ियां उन्हां नूं कुछ बुढ़ापे का सहारा दे सकन। जी 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 वही आंसर कर रहे सी। पन्नू साहब हाँ जी पन्नू साहब होर कोई क्वेश्चन? मैं बस यही क्वेश्चन है। हाँ जी सुनो आंसर सुनो। ये मैडम डॉक्टर चरणजीत सिंह जी पन्नू है, पंजाब एग्रीकल्चर यूनिवर्सिटी ना बिलोंग करते सी पिछों लुधियाने तो। जी मैडम जी पन्नू साहब नूं मैं दसना चाहवांगी कि जिवें मैं पहले जे तुसीं सुनी हुई गल कि हेल्थ कार्ड जिहड़े ने वो भी पंजाब दे विच बने हुए ने, और दूसरा जिहड़ी पेंशन दा मैं गल कीती है, पेंशन जिहड़ी है वो असीं इस बारे पर बहुत ही पर्टिकुलर सी कि उन्हां दा और मैं खुद
ਬਹੁਤ ਸਟਰੋਂਗਲੀ ਬਿਲੀਵ ਕਰਦੇ ਆ ਕਿ ਬਜ਼ੁਰਗਾਂ ਦੇ ਵਾਸਤੇ ਜ਼ਰੂਰ ਕੁਛ ਨਾ ਕੁਛ ਸੀਨੀਅਰ ਸਿਟੀਜ਼ਨ ਵਾਸਤੇ ਹੋਣਾ ਚਾਹੀਦਾ। ਜੀ ਜੀ ਸੋ ਜੀ ਉਹਨਾਂ ਦੀ ਪੈਨਸ਼ਨ ਅਸੀਂ 1500 ਰੁਪਏ ਕਰ ਦਿੱਤੀ ਹੈ ਇਸ ਮਹੀਨੇ ਤੋਂ। ਸੋ ਨਾਲੇ ਉਹਨਾਂ ਦੇ ਜਿਹੜਾ ਜਿਹੜਾ ਉਹਨਾਂ ਦੇ ਵਾਸਤੇ ਫੂਡ ਵਾਸਤੇ ਜੋ ਇੰਤਜ਼ਾਮ ਕੀਤਾ ਗਿਆ ਹੈ ਕਿ ਪਰ ਪਰਸਨ 5 kg ਪਰ ਮੰਥ ਦੇ ਹਿਸਾਬ ਨਾਲ ਜੋ ਕਾਰਡ ਹੈ ਉਹਨਾਂ ਦਾ ਬਣਿਆ ਹੁੰਦਾ ਹੈ ਤੇ ਉਹਨਾਂ ਨੂੰ ਜਿਹੜੀ ਰਾਸ਼ਨਿੰਗ ਹੈ ਉਹ ਫ੍ਰੀ ਮਿਲ ਜਾਂਦੀ ਹੈ। ਜੀ ਜੀ ਸੋ ਮੈਨੂੰ ਲੱਗਦਾ ਕਿ ਇਹ ਨਾਲ ਕਾਫੀ ਹੈਲਪ ਮਿਲ ਜਾਂਦੀ ਹੈ। ਬਾਕੀ ਸਾਡੀਆਂ ਐਂਬੂਲੈਂਸਿਸ ਨੇ 108 ਨੰਬਰ ਹੈ, ਕਦੋਂ ਵੀ ਫੋਨ ਕਰੋ ਤਾਂ ਉਹ ਹਮੇਸ਼ਾ ਹੀ ਤਿਆਰ ਰਹਿੰਦੀਆਂ ਨੇ, ਉੱਥੋਂ ਪਿੱਕ ਕਰਕੇ ਔਨ ਸਪੋਟ ਪਿੱਕ ਕਰਕੇ ਉਹਨਾਂ ਨੂੰ ਜਿਹੜੀ ਹੈਲਥ ਦੇ ਰਿਗਾਰਡਿੰਗ ਕੋਈ ਵੀ ਸਮੱਸਿਆ ਹੈ ਉਹਨੂੰ ਦੂਰ ਕਰ ਦਿੰਦੇ। ਜੀ ਜੀ ਅਸੀਂ ਇਹ ਗੱਲ ਤੁਹਾਡੀ ਬਹੁਤ ਮੈਨੂੰ ਮੈਂ ਰੀਅਲਾਈਜ਼ ਕਰਦੀ ਹਾਂ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਬਹੁਤ ਕੁਛ ਕੀਤਾ ਹੈ, ਜੋ ਪਹਿਲੀ ਜਨਰੇਸ਼ਨ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ, ਜੀ ਜੀ ਬਹੁਤ ਕੁਛ ਕੀਤਾ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਵਾਸਤੇ ਕੁਛ ਕਰੀਏ। ਜੀ ਜੀ ਮੈਡਮ ਜੀ, ਇਹ ਆਊਟ ਆਫ ਏ ਸਬਜੈਕਟ ਤੋਂ ਇੱਕ ਜਿਹੜੇ ਕਲਚਰ ਨਾਲ ਆਪਾਂ ਸਾਰੇ ਬਿਲੋਂਗ ਕਰਦੇ ਹਾਂ, ਚਾਹੇ ਅਸੀਂ 30-30 ਸਾਲਾਂ ਤੋਂ ਇੱਥੇ ਬੈਠੇ ਹਾਂ, ਪਰ ਇੱਕ ਕਲਚਰ ਨਾਲ ਜਿਹੜੇ ਨਾਲ ਬਿਲੋਂਗ ਕਰਦੇ ਹਾਂ, ਇੱਥੋਂ ਦੀਆਂ ਜਿਹੜਾ ਸਿਸਟਮ ਹੈ ਬਾਹਰਲੇ ਅਮੈਰੀਕਾ, ਕੈਨੇਡਾ ਜਾਂ ਯੂਰੋਪੀਅਨ ਯੂਨੀਅਨ ਦਾ, ਉਹ ਹੋਰ ਹੈ, ਮੋਹ ਨਹੀਂ ਰਹਿੰਦਾ ਗਾ ਤੰਦਾਂ ਨਾਲ, ਪਰ ਆਪਾਂ ਜਿਹੜੇ ਕਲਚਰ 'ਚੋਂ ਉੱਠ ਕੇ ਆਏ ਹਾਂ, ਉੱਥੇ ਮੈਡਮ ਕਈ ਕੇਸ ਹੁਣ ਇੱਦਾਂ ਦੇ ਦੇਖਣ ਨੂੰ ਮਿਲ ਰਹੇ ਆ ਪੰਜਾਬ ਦੇ ਵਿੱਚ ਕਿ ਉਹ ਜੀ ਜਾਇਦਾਦ ਨਾਮ ਲਵਾ ਲਈ, ਬਜ਼ੁਰਗ ਮਾਂ ਜਾਂ ਬਜ਼ੁਰਗ ਬਾਪ ਜਾਂ ਦੋਨੋਂ ਹੀ ਕੱਢ ਕੇ ਬਾਹਰ ਸੜਕ 'ਤੇ ਰੱਖਦੇ ਆ। ਤੁਸੀਂ ਅੰਕੜੇ ਬਹੁਤ ਸੋਹਣੇ ਦਿੱਤੇ, 250 ਤੋਂ 1500 ਤੱਕ ਜਾਣਾ ਬਹੁਤ ਵੱਡਾ ਉਪਰਾਲਾ ਆ, ਜੇ ਦੋ ਜਣੇ 3000 ਰੁਪਏ, ਕਿਉਂਕਿ ਉਸ ਉਮਰ 'ਚ ਜਾ ਕੇ ਜ਼ਰੂਰਤਾਂ ਜ਼ਿਆਦਾ ਨਹੀਂ ਹੁੰਦੀਆਂ, ਸਿਰਫ ਦਾਲ ਫੁਲਕਾ ਅਤੇ ਇੱਕ ਦਵਾਈ ਗੋਲੀ ਦੀ ਜ਼ਰੂਰਤ ਹੁੰਦੀ ਹੈ, ਦਵਾਈ ਬੂਟੀ ਦੀ, ਅਤੇ ਇਹ ਤਾਂ ਬਹੁਤ ਚੰਗੀ ਗੱਲ ਹੈ। ਪਰ ਤੁਸੀਂ ਐਜ਼ ਅ ਮਿਨਿਸਟਰ, ਐਜ਼ ਅ ਤੁਹਾਡੀ ਗੌਰਮੈਂਟ, ਕੋਈ ਵਰਕਸ਼ਾਪ ਜ਼ਰੂਰ ਲਾਇਆ ਕਰੋ, ਬੱਚਿਆਂ ਨੂੰ ਦੱਸਿਆ ਕਰੋ ਕਿ ਬੜੇ ਔਖੇ ਟਾਈਮਾਂ ਤੋਂ, 1947 ਤੋਂ ਲੈ ਕੇ ਬੜੇ ਔਖੇ, ਆਪਾਂ ਸੰਤਾਪ ਹੰਢਾਇਆ 84 ਦਾ ਵੀ, ਬੜੇ ਔਖੇ ਟਾਈਮ ਤੋਂ ਲੈ ਕੇ ਤੁਹਾਨੂੰ ਰੇਜ਼ ਕੀਤਾ, ਤੁਹਾਨੂੰ ਇੰਨੇ ਯੋਗੇ ਕੀਤਾ ਕਿ ਤੁਸੀਂ ਰੋਟੀ ਖਾ ਸਕੋ, ਅਤੇ ਜੋ ਵੀ ਜੇ ਕਿਸੇ ਬਜ਼ੁਰਗ ਨੇ 2 ਏਕੜ ਬਣਾਇਆ ਜਾਂ ਘਰ ਬਣਾਇਆ, ਉਹਦਾ ਵਿਚਾਰੇ ਦਾ ਗਰੀਬੀ 'ਚੋਂ ਨਿਕਲ ਕੇ ਮਿਹਨਤ ਦਾ ਫਲ ਹੈ, ਉਹਦੇ ਪਤਾ ਨਹੀਂ 5 ਜਾਂ 7 ਸਾਲ ਜ਼ਿੰਦਗੀ ਦੇ ਹੈਗੇ ਜਾਂ 2 ਸਾਲ ਹੈ, ਪਰਮਾਤਮਾ ਲੰਮੀ ਉਮਰ ਦੇ ਸਾਰਿਆਂ ਨੂੰ। ਤੁਸੀਂ ਵਰਕਸ਼ਾਪ ਜ਼ਰੂਰ ਲਾਇਆ ਕਰੋ ਕਿ ਉਹ ਜਿਹੜਾ ਉਹਨਾਂ ਦਾ ਗੋਲਡਨ ਟਾਈਮ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖੋ, ਜਾਂਦੀ ਵਾਰ ਦੇ ਸਲਾਮ ਹੁੰਦੇ ਆ, ਕੀ ਕਹਿਣਾ ਚਾਹੋਗੇ ਇੱਥੇ? ਬਿਲਕੁਲ ਬਿਲਕੁਲ, ਇਹ ਜਿਹੜਾ ਸਬਜੈਕਟ ਹੈ ਦਿਸ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ। ਮੈਂ ਜਦੋਂ ਵੀ ਮੈਂ ਆਪਣੀ ਜੇ ਨਿੱਜੀ ਗੱਲ ਦੱਸਾਂ ਕਿ ਜੇ ਮੇਰੇ ਕੋਲ ਬਜ਼ੁਰਗ ਕੋਈ ਵੀ ਆਏ, ਮੈਂ ਸਭ ਤੋਂ ਪਹਿਲੇ ਉਹਨਾਂ ਦੀ ਗੱਲ ਸੁਣਦੀ ਹਾਂ ਜੀ, ਪਤਾ ਨਹੀਂ ਕਿਵੇਂ ਮੇਰੇ ਤੱਕ ਪਹੁੰਚ ਕਰ ਸਕੇ ਹੈ, ਮੇਰੇ ਕੋਲ ਕਿਵੇਂ ਆਏ ਆ, ਮੈਂ ਸਭ ਤੋਂ ਪਹਿਲੇ ਉਹਦੀ ਗੱਲ ਸੁਣ ਕੇ ਤੇ ਉਹਦਾ ਸਮੱਸਿਆ ਮੈਂ ਹੱਲ ਕਰਦੀ ਹਾਂ। ਔਰ ਜਦੋਂ ਮੈਂ ਆਪ ਪਿੰਡਾਂ ਦੇ ਵਿੱਚ ਕੈਂਪ ਲਗਾਉਂਦੀ ਹਾਂ, ਹਰ ਬਜ਼ੁਰਗ ਦੀ ਗੱਲ ਸੁਣੀ ਦੀ ਹੈ, ਖੈਰ ਉਹ ਤੇ ਮੇਰਾ ਨਿੱਜੀ ਕੰਮ ਹੈ ਔਰ ਕਰਨਾ ਚਾਹੀਦਾ ਵੀ ਹੈ, ਮੈਂ ਕੋਈ ਆਸਾਨ ਨਹੀਂ ਕਰ ਰਹੀ, ਕਿਉਂਕਿ ਸਾਡੇ ਬਜ਼ੁਰਗਾਂ ਦੀ ਅੱਜ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ, ਸਾਡੇ ਬਜ਼ੁਰਗਾਂ ਦੀ ਬਦੌਲਤ ਹੈ, ਔਰ ਉਹਨਾਂ ਨੇ ਪੰਜਾਬ ਨੂੰ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣ ਵਾਸਤੇ ਸਾਨੂੰ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਵੀ ਕਰਨੀ ਬਹੁਤ ਹੀ ਜ਼ਰੂਰੀ ਹੈ। ਸੋ ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੈਂਪ ਲਗਾਏ ਜਾਣ, ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਉਦੋਂ, ਹਾਂ ਆਫੀਸ਼ਲੀ ਅਸੀਂ ਕੋਈ ਕੈਂਪ ਇੱਦਾਂ ਦਾ ਨਹੀਂ ਲਗਾਉਂਦੇ, ਪਰ ਤੁਹਾਡੀ ਮੈਂ ਸੁਜੈਸ਼ਨ ਨੋਟ ਕਰ ਲਈ ਹੈ ਕਿ ਅਸੀਂ ਸ਼ਾਇਦ ਇਨ ਫਿਊਚਰ ਕੋਈ ਇਸ ਤਰ੍ਹਾਂ ਦਾ ਕੈਂਪ ਲਗਾਈਏ। ਬਟ ਅਦਰਵਾਈਜ਼ ਜਦੋਂ ਹਰ ਕੋਈ ਆਪਣੇ ਪਿੰਡਾਂ ਦੇ ਵਿੱਚ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਜਾਂਦਾ ਹੈ, ਤੇ ਮੈਨੂੰ ਲੱਗਦਾ ਕਿ ਉਹ ਇਸ ਚੀਜ਼ ਨੂੰ ਸਮਝਦਾ ਹੈ। ਜੀ ਜੀ ਮੈਡਮ, ਮੇਰੇ ਆਪਾਂ ਆਪਦੀ ਰਾਮ ਕਹਾਣੀਆਂ ਪਾਉਣ ਨੂੰ ਨਹੀਂ ਬੈਠੇ, ਮੈਂ ਸਿਰਫ ਇੱਕ ਅਹਿਸਾਸ ਦੇਣਾ ਮੰਗਦਾ ਕਿ ਜਦੋਂ ਇਦਾਂ ਦੀ ਰੋਜ਼ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਉੱਤੇ ਜਦੋਂ ਅਸੀਂ ਕੱਢਦੇ ਹਾਂ ਕਿ ਉਹ ਫਲਾਨੇ ਆਸ਼ਰਮ 'ਚ ਛੱਡਿਆ ਏ ਜਾਂ ਉਹ ਆਸ਼ਰਮ ਤੋਂ ਵੀ ਉਹਨਾਂ ਨੂੰ ਕੱਢ ਦਿੱਤਾ ਗਿਆ ਜਾਂ ਫਿਰ ਘਰੋਂ, ਉਦੋਂ ਬਹੁਤ ਬੁਰਾ ਲੱਗਦਾ ਹੈ ਕਿ ਦੇਖੋ ਮੈਂ, ਮੇਰੇ ਫਾਦਰ ਪਾਸਟ ਅਵੇ ਹੋ ਗਏ ਸੀਗੇ ਕੋਈ 15-20 ਸਾਲ ਪਹਿਲਾਂ, ਮੇਰੇ ਮਦਰ ਨੇ 77 ਸਾਲ ਦੇ, ਮੈਂ ਸਿਰਫ ਨਾ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਉਹਨਾਂ ਨੂੰ ਕੁਛ ਦੇ ਸਕਾਂ, ਪਰ ਮੈਂ ਜੇ ਸ਼ਾਮ ਨੂੰ ਘਰ ਜਾਣਾ ਚਾਹੇ ਜਿੰਨਾ ਮਰਜ਼ੀ, ਜੇ 5 ਮਿੰਟ ਉਹਨਾਂ ਕੋਲ ਬਹਿ ਜਾਵਾਂ ਨਾ ਉਹਨਾਂ ਦੇ ਰੂਮ ਦੇ ਵਿੱਚ, ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਗਾ, ਤਾਂ ਉਹ ਮੇਰੇ ਲਈ ਮਿਲੀਅਨਸ ਡਾਲਰ ਦੇ ਬਰਾਬਰ ਹੈ। ਤੁਸੀਂ ਆਹ ਫੀਲਿੰਗਸ ਬੱਚਿਆਂ 'ਚ ਜਿੱਥੇ ਵੀ ਜਾਓ, ਪਰਮਾਤਮਾ ਤੁਹਾਨੂੰ ਫਿਰ ਕਾਮਯਾਬੀ ਬਖਸ਼ੇ, ਫਿਰ ਮਿਨਿਸਟਰ ਬਣਾਵੇ, ਆਹ ਚੀਜ਼ ਪਾਇਓ ਜ਼ਰੂਰ, ਕਿਉਂਕਿ ਮਨ ਬਹੁਤ ਦੁਖਦਾ ਜਦੋਂ ਖਬਰਾਂ ਪੜੀ ਦੀਆਂ। ਐਨੀਵੇ ਆਪਾਂ ਅੱਗੇ ਆਉਂਦੇ ਹਾਂ ਮੈਡਮ। ਨਹੀਂ ਗੁਰਲਾਲ ਜੀ, ਮੈਂ ਆਪਣੀ ਕੋਈ ਆਪਣੇ ਆਪ ਨੂੰ ਵੱਡਾ ਨਹੀਂ ਕਰ ਰਹੀ ਕਿ ਮੈਂ ਕੋਈ ਆਪਣੀ ਰਾਮ ਕਹਾਣੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵਰਡ ਯੂਜ਼ ਕੀਤਾ, ਮੈਂ ਰਾਮ ਕਹਾਣੀ ਸੁਣਾਉਣ ਵਾਸਤੇ ਇੱਥੇ ਨਹੀਂ ਆਈ। ਬਟ ਹਾਂ, ਜਿਹੜੀ ਤੁਸੀਂ ਸੁਜੈਸ਼ਨ ਦਿੱਤੀ ਆ ਉਹ ਬਹੁਤ ਅੱਛੀ ਹੈ, ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਵੀ ਜ਼ਿੰਮੇਵਾਰ ਹਾਂ? ਅਸੀਂ ਵੀ ਤਾਂ ਇਹਨਾਂ ਦਾ ਹਿੱਸਾ ਸਮਾਜ ਦੇ ਵਿੱਚ। ਜੇ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਨਹੀਂ ਦੇਵਾਂਗੇ ਤਾਂ ਫਿਰ ਕੋਈ ਬਾਹਰੋਂ ਆ ਕੇ ਕਿੰਨਾ ਕੁ ਕੋਈ ਦੇ ਸਕਦਾ?
जी ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਸਿਖਾਈਏ, ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਤੁਹਾਨੂੰ ਇਹ ਗੱਲ ਮੰਨਣੀ ਪੈਗੀ ਗੁਲਾਲ ਜੀ, ਬਿਲਕੁਲ ਕਿ ਜੀ ਬਿਲਕੁਲ ਅਸੀਂ ਬਿਲਕੁਲ ਵੀ ਕਿਤੇ ਨਾ ਕਿਤੇ ਇਸ ਗੱਲ 'ਚ ਫੇਲ ਹੋਏ ਹਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਆਪਣੀ ਉਹਨਾਂ ਦੀਆਂ ਬਜ਼ੁਰਗਾਂ ਦੀ ਕਦਰਾਂ ਕੀਮਤਾਂ ਸਮਝਾਉਣ 'ਚ ਕਿਤੇ ਨਾ ਕਿਤੇ ਪਿੱਛੇ ਰਹੇ ਹਾਂ। ਜੀ ਔਰ ਜੀ ਜਿੱਥੇ ਜੀ ਜਿੱਥੇ ਵੀ ਇਹ ਪ੍ਰੋਬਲਮ ਆਈ ਹੈ, ਮੈਂ ਤੇ ਕਹਾਂਗੀ ਕਿ ਸਭ ਤੋਂ ਪਹਿਲੇ ਉਹ ਪਰਿਵਾਰ ਜ਼ਿੰਮੇਵਾਰ ਹੈ ਜਿਨ੍ਹਾਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਨਹੀਂ ਦਿੱਤੀ, ਇਹ ਸਿੱਖਿਆ ਨਹੀਂ ਦਿੱਤੀ, ਇਹ ਕਦਰਾਂ ਕੀਮਤਾਂ ਸਮਝਾਉਣ ਦੀ ਸ਼ਕਤੀ ਨਹੀਂ ਦਿੱਤੀ। ਅਸੀਂ ਵੀ ਜੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਵੀ ਉਸੇ ਸਮਾਜ ਦਾ ਹਿੱਸਾ ਹਾਂ। ਅਸੀਂ ਵੀ ਉਸੇ ਸਮਾਜ ਦਾ ਹਿੱਸਾ, ਬਿਲਕੁਲ ਸਹੀ ਗੱਲ, ਬਹੁਤ ਚੰਗੀ ਤਰ੍ਹਾਂ ਵੈਲ ਫਰਮਾਇਆ ਮੈਡਮ। ਤੇ ਆਪਣੇ ਕੋਲ ਇੱਕ ਕਾਲਰ ਜੁੜ ਗਿਆ ਤੇ ਉਸ ਤੋਂ ਅੱਗੇ ਜਾਂਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਸਾਹਿਬ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਗੁਰਲਾਲ ਭਾਜੀ, ਮੈਂ ਗੁਰਤੇਜ ਅਟਵਾਲ ਗੱਲ ਕਰ ਹਾਂਜੀ ਰਿਹਾ ਸੀ ਅਟਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਵਾਗਤ ਜੀ ਮੈਡਮ ਆਪਣੇ ਨਾਲ ਜੁੜੇ ਹੋਏ ਨੇ। ਹਾਂਜੀ ਬਹੁਤ ਸ਼ੁਕਰੀਆ ਗੁਲਾਲ ਭਾਜੀ ਤੁਹਾਡਾ ਤੇ ਆਪਣੇ ਮੈਡਮ ਦਾ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁਆਇਨ ਹੋ ਕੇ ਸਾਨੂੰ ਜਾਣਕਾਰੀ ਦੇਣ ਦਾ। ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਜੀ, 2002 ਤੋਂ ਇਹ ਪਾਲਿਸੀ ਮੇਕਿੰਗ ਦੇ ਵਿੱਚ ਜੁੜੇ ਹੋ ਅਜੇ। ਸੋ ਇੰਡੋ ਪਾਕ ਜਿਹੜਾ ਆਪਣਾ ਬਾਰਡਰ ਦੇ ਉੱਤੇ ਜੋ ਵੀ 85 ਕਿਲੋਮੀਟਰ ਦੀ ਸੜਕ ਇਹਨਾਂ ਨੇ ਇਨੀਸ਼ੀਏਟ ਕੀਤੀ ਹੋਰ ਕਲਵਰਟ, ਸੋ ਉਹਦੇ ਸਿਲਸਿਲੇ 'ਚ ਇੱਕ ਸਵਾਲ ਸੀਗਾ ਜੀ, ਜਿਸ ਹਿਸਾਬ ਨਾਲ ਪਾਕਿਸਤਾਨ, ਚਾਈਨਾ, ਹੋਰ ਕਾਫੀ ਮੁਲਕ ਆਪਣੇ ਆਲੇ ਦੁਆਲੇ ਅਗਰੈਸਿਵ ਹੋ ਰਹੇ ਆ, ਸੋ ਉਹਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਆ ਉਹਦੀ ਕੀ ਮਹੱਤਤਾ ਆ ਤੇ ਉਹਦੇ ਬਾਰੇ ਕਿਸ ਹਿਸਾਬ ਦੀ ਤਵੱਜੋ ਦੇਣੀ ਚਾਹੀਦੀ ਆ ਜੀ। ਸੋ ਦੂਸਰੀ ਗੱਲ ਹੈ ਜੀ ਸੋਸ਼ਲ ਸਿਕਿਉਰਿਟੀ ਬਾਰੇ, ਜਿਹੜੀਆਂ ਆਪਣੀਆਂ ਵਿਡੋਜ਼ ਨੇ ਜੀ, ਜਿਹੜੇ ਆਪਣੇ ਛੋਟੇ ਬੱਚੇ ਔਰਫਨਸ ਨੇ, ਉਹਨਾਂ ਵਾਸਤੇ ਇਹਨਾਂ ਦੀ ਹਮੇਸ਼ਾ ਹੀ ਪ੍ਰੋਐਕਟਿਵ ਤਵੱਜੋ ਰਹੀ ਆ ਜੀ। ਸੋ ਇਹ ਕਿਸ ਕਿਸਮ ਦੇ ਨਾਲ ਆਪਣੇ ਫੈਲੋ ਪਾਲਿਸੀ ਮੇਕਰਸ ਜਿਹੜੇ ਵੀ ਸਿਰਫ ਪੰਜਾਬ ਨਹੀਂ ਜਿੰਨੇ ਵੀ ਹਿੰਦੁਸਤਾਨ ਚ ਬੈਠੇ ਆ ਜੀ, ਤੇ ਉਹ ਸੋਸ਼ਲ ਸਿਕਿਉਰਿਟੀ ਇਸ ਇਸ ਪਾਸੇ ਨੂੰ ਜਾਂ ਇਹਨਾਂ ਚੀਜ਼ਾਂ ਵੱਲ ਨੂੰ ਕਿਸ ਹਿਸਾਬ ਨਾਲ ਵੈਲਿਊ ਐਡ ਕਰ ਸਕਦੇ ਆ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਆ, ਤਰਜ਼ੇ ਰਿਹਾਇਸ਼ ਆ ਜੀ, ਉਹ ਵਧੀਆ ਬਣ ਸਕੇ। ਜੀ ਅਟਵਾਲ ਸਾਹਿਬ ਬਹੁਤ ਸੋਹਣਾ ਜੀ, ਬਹੁਤ ਸੋਹਣਾ। ਸੁਣੋ ਹੋਰ ਕੋਈ ਕੁਐਸਚਨ ਜੀ? ਜੀ ਨਹੀਂ ਇਹ ਆ ਜੀ, ਧੰਨਵਾਦ ਜੀ, ਧੰਨਵਾਦ ਮੈਡਮ। ਇਹ ਗੁਰਤੇਜ ਅਟਵਾਲ ਨੇ ਜੀ, ਸਾਡੇ ਸਿਟੀ ਆਫ ਟਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ, ਬਹੁਤ ਹੀ ਕਮੈਂਡੇਬਲ ਕੰਮ ਕਰ ਰਹੇ ਹੈ ਇੱਥੇ, ਬਹੁਤ ਵਧੀਆ। ਔਰ ਕੀ ਕਹਿਣਾ ਚਾਹੋਗੇ ਇਹਨਾਂ ਦੇ ਵਿਚਾਰਾਂ ਤੇ? ਪਹਿਲੇ ਤੇ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ, ਮੈਂ ਇਹ ਸਮਝਦੀ ਹਾਂ ਕਿ ਇਨਫਰਾਸਟ੍ਰਕਚਰ ਤੋਂ ਸ਼ਾਇਦ ਇਹਨਾਂ ਦਾ ਮਤਲਬ ਇਹ ਹੈ ਕਿ ਸੜਕਾਂ ਜਿਹੜੀਆਂ ਮੋਟਰੇਬਲ ਸੜਕਾਂ ਹੋਣ ਜਾਂ ਜੋ ਵੀ ਇਨਫਰਾਸਟ੍ਰਕਚਰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਕਿ ਜਿਹੜੇ ਆਫਿਸਿਸ ਨੇ ਉਹਨਾਂ ਦੀ ਬਿਲਡਿੰਗਸ ਅੱਛੀਆਂ ਹੋਣ, ਐਕਸੈਸਿਬਲ ਹੋਣ, ਜੀ ਜੀ ਜੀ, ਜਾਂ ਸ਼ਾਇਦ ਇਹੀ ਮਤਲਬ ਹੈ। ਤੋ ਇਹਦੇ ਵਿੱਚ ਪੰਜਾਬ ਸਰਕਾਰ ਨੇ ਕਾਫੀ ਫੰਡਸ ਦਿੱਤੇ ਨੇ ਹਰ ਇਲਾਕੇ ਦੇ ਵਾਸਤੇ, ਉਹਦੇ ਵਾਸਤੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੋਡਸ ਰਿਪੇਅਰ ਵੀ ਹੋਈਆਂ ਨੇ, ਨਵੀਆਂ ਵੀ ਬਣੀਆਂ ਨੇ, ਔਰ ਜਿਹੜੀਆਂ ਮਤਲਬ ਹਜੇ ਡਿਊ, ਕਿਉਂਕਿ ਇੱਥੇ ਸਿਸਟਮ ਹੈ ਕਿ ਹਰ 6 ਸਾਲ ਦੇ ਬਾਅਦ ਸੜਕ ਜਿਹੜੀ ਰਿਪੇਅਰ ਹੁੰਦੀ ਹੈ, ਲੇਕਿਨ ਜਿਹੜੀਆਂ ਡਿਊ ਸੀ ਰਿਪੇਅਰ ਵਾਸਤੇ ਉਹ ਵੀ ਸੜਕਾਂ ਜਿਹੜੀਆਂ ਨੇ ਨਵੀਆਂ ਬਣਾਤੀਆਂ, ਤਾਂ ਕਿ ਕਨੈਕਟੀਵਿਟੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਕਨੈਕਟੀਵਿਟੀ ਨਹੀਂ ਹੈ ਤਾਂ ਫਿਰ ਲੋਕਾਂ ਨੂੰ ਆਉਣ ਜਾਣ 'ਚ ਬੜੀ ਦਿੱਕਤ ਆ, ਔਰ ਕਿਸੇ ਵੀ ਇਲਾਕੇ ਦੀ ਤਰੱਕੀ ਦੇ ਵਾਸਤੇ ਉੱਥੋਂ ਦੀ ਜਿਹੜੀਆਂ ਆਉਣ ਜਾਣ ਦੇ ਸਾਧਨ ਨੇ ਜਿਹੜੇ ਉਹ ਹੋਣੇ ਬਹੁਤ ਹੀ ਜ਼ਰੂਰੀ ਹੈ। ਇੱਕ ਤਾਂ ਗੱਲ ਇਹਨਾਂ ਨੇ ਇਹ ਕਹੀ, ਦੂਸਰਾ ਕੁਐਸਚਨ ਅਟਵਾਲ ਸਾਹਿਬ ਦਾ ਸੀਗਾ ਬੱਚਿਆਂ ਦੇ ਵਾਸਤੇ ਸ਼ਾਇਦ। ਹਾਂਜੀ ਮੇਰਾ ਵੀ ਕੁਐਸਚਨ ਉੱਤੇ, ਚਲੋ ਹਾਂਜੀ ਹਾਂਜੀ ਹਾਂਜੀ, ਬੱਚਿਆਂ ਵਾਸਤੇ ਇਹਨਾਂ ਨੇ ਕੁਝ ਕਿਹਾ ਸੀ, ਕੈਨ ਯੂ ਰਿਪੀਟ ਇਟ? ਹਾਂਜੀ ਉਹ ਕਹਿ ਰਹੇ ਸੀਗੇ ਕਿ ਇਕੱਲਾ ਪੰਜਾਬੀ ਨਹੀਂ, ਮੇਰਾ ਵੀ ਕੁਐਸਚਨ ਸੀ, ਆਪਾਂ ਇਕੱਠਾ ਹੀ ਪੁੱਛ ਲੈਂਦੇ ਹਾਂ। ਉਹ ਇਹ ਕਹਿ ਰਹੇ ਸੀਗੇ ਕਿ ਇਕੱਲਾ ਪੰਜਾਬੀ ਨਹੀਂ, ਪੂਰੇ ਇੰਡੀਆ ਦੇ ਵਿੱਚ ਜਿਹੜਾ ਛੋਟੇ ਬੱਚਿਆਂ ਦਾ ਕੁਪੋਸ਼ਣ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਕੋਈ ਆਪਣੀ ਪੰਜਾਬ ਗੌਰਮੈਂਟ ਜਾਂ ਇੰਡੀਆ ਗੌਰਮੈਂਟ ਕੁਛ ਇੱਦਾਂ ਕਰੇ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਹੈਲਥ, ਉਹਨਾਂ ਦੀ ਗਰੋਥ ਚੰਗੀ ਹੋਵੇ, ਜਿਹੜੇ ਮਾਂ ਬਾਪ ਅੱਛੀ ਡਾਈਟ ਨਹੀਂ ਦੇ ਸਕਦੇ, ਕਿ ਆਪਾਂ ਕੀ ਕਰ ਰਹੇ ਹਾਂ ਉਹਦੇ ਵਾਸਤੇ? ਰਿਕੁਐਸਟ ਹੈ ਕਿ ਸਾਡੇ ਇੱਕ ਸਪੈਸ਼ਲ ਨਿਊਟ੍ਰੀਸ਼ਨ ਪਲਾਨ ਚੱਲਦਾ ਆ। ਜੀ ਜੀ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਚਾਹਾਂਗੀ, ਥੋੜਾ ਡਿਟੇਲ ਚ ਦੱਸਣਾ ਚਾਹਾਂਗਾ। ਜੀ ਜੀ ਕਿ ਸਾਡਾ ਪੂਰਾ ਜਿਹੜਾ ਪੰਜਾਬ ਹੈ 155 ਬਲਾਕਸ ਚ ਡਿਵਾਈਡ ਕੀਤਾ ਗਿਆ। ਜੀ ਜੀ ਔਰ 27,314 ਸਾਡੇ ਆਂਗਨਵਾੜੀ ਸੈਂਟਰਸ ਨੇ, ਔਰ 50,000 ਜਿਹੜੇ ਸਾਡੇ ਇਹਨਾਂ ਚ ਕੰਮ ਕਰਦੇ ਨੇ ਆਂਗਨਵਾੜੀ ਵਰਕਰਸ, ਆਂਗਨਵਾੜੀ ਹੈਲਪਰਸ, ਉਹ ਹਰ ਮਹੀਨੇ ਦੇ 14 ਤਰੀਕ ਨੂੰ ਇੱਕ ਇਕੱਠੇ ਹੋ ਕੇ ਬੱਚੇ ਦਾ ਵੇਟ ਜਿਹੜਾ ਆ ਉਹ ਚੈੱਕ ਕਰਦੇ ਨੇ, ਮੇਜਰ ਕਰਦੇ ਨੇ, ਸਟੰਟਿਡ ਗਰੋਥ ਨੂੰ ਦੇਖਦੇ ਨੇ ਕਿ ਕਿਤੇ ਉਹਦੀ ਕੱਦ ਛੋਟਾ ਨਾ ਰਹਿ ਜਾਏ, ਜਾਂ ਉਹਦੀ ਗਰੋਥ ਜਿਹੜੀ ਹੈ ਉਹਦਾ ਵੇਟ ਜਿਹੜਾ ਆ ਉਹ ਪ੍ਰੋਪਰ ਹੈ ਜਾਂ ਨਹੀਂ ਹੈ, ਕਿਆ ਉਹਨੂੰ ਨਿਊਟ੍ਰੀਸ਼ਨ ਜਿਹੜੀ ਆ ਮਿਲ ਰਹੀ ਹੈ। ਇਹਦੇ ਵਾਸਤੇ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਿਲ ਕੇ ਸਪੈਸ਼ਲ ਪੋਸ਼ਣ ਅਭਿਆਨ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ,
ਜਿਹਦੇ ਵਿੱਚ ਅਸੀਂ ਸਪੈਸ਼ਲੀ 200 ਦੇ ਕਰੀਬ ਅਸੀਂ ਬਲੌਕ ਕੋਆਰਡੀਨੇਟਰਸ ਵੀ ਨਵੇਂ ਭਰਤੀ ਵੀ ਕੀਤੇ ਨੇ ਤਾਂ ਕਿ ਹਰ ਪਿੰਡ ਦੇ ਵਿੱਚ ਕਿਉਂਕਿ ਇਹ ਆਂਗਨਵਾੜੀ ਵਰਕਰਸ ਨੇ ਪਿੰਡ ਲੈਵਲ ਤੇ ਕੰਮ ਕਰਦੀਆਂ ਨੇ ਇਹੀ ਸਾਡੇ ਕੋਲ ਗ੍ਰਾਸਰੂਟ ਲੈਵਲ ਦੇ ਵਰਕਰਸ ਨੇ ਹਰ ਕਿਸਮ ਦਾ ਡਾਟਾ ਜਿਹੜਾ ਪ੍ਰੈਗਨੈਂਟ ਵਿਮਨ ਦਾ ਲੈਕਟੇਟਿੰਗ ਮਦਰਸ ਦਾ 0 to 6 ਈਅਰਸ ਦੇ ਬੱਚੇ ਨੇ ਜਿਹੜੇ ਨਾ ਉਹਨਾਂ ਨੂੰ ਲੁੱਕ ਆਫਟਰ ਕਰਨਾ ਇਹ ਮੇਰੇ ਡਿਪਾਰਟਮੈਂਟ ਦਾ ਕੰਮ ਹੈ ਬਹੁਤ ਸੋਹਣਾ ਜੀ ਮੈਡਮ ਆਪਾਂ ਇੱਥੇ ਇਹਦੇ ਉੱਤੇ ਦੁਬਾਰਾ ਆਉਣੇ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਲਾਸਟ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਬਣੇ ਹੋਏ ਮਾਨਯੋਗ ਅਰੁਣਾ ਚੌਧਰੀ ਜੀ ਕੈਬਨਿਟ ਮਿਨਿਸਟਰ ਪੰਜਾਬ ਬਹੁਤ ਸੋਹਣਾ ਅਪਡੇਟ ਕਰ ਰਹੇ ਹਰ ਚੀਜ਼ 'ਤੇ ਆਪਾਂ ਰੁਕਣਾ ਪੈ ਰਿਹਾ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਮੜੇ ਹੋਏ ਨੇ ਮਾਣਯੋਗ ਅਰੁਣਾ ਚੌਧਰੀ ਜੀ ਜਿਹੜੇ ਕਿ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਨੇ ਮੈਡਮ ਤੁਸੀਂ ਬਹੁਤ ਸੋਹਣਾ ਐਲੈਬਰੇਟ ਕਰ ਰਹੇ ਸੀਗੇ ਬੱਚਿਆਂ ਬਾਰੇ ਉਹ ਫਿਨਿਸ਼ ਕਰੋ ਅਤੇ ਉਸ ਤੋਂ ਬਾਅਦ ਡਾਕਟਰ ਬਾਜਵਾ ਆਪਣੇ ਨਾਲ ਜੁੜ ਗਏ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਮੁੱਦਿਆਂ ਵੱਲ ਜਾਂਦੇ ਜੀ ਔਰ ਨਾਲ ਹੀ ਜਿਵੇਂ ਸਟੰਟਿਡ ਗਰੋਥ ਮੈਲ ਨਿਊਟ੍ਰੀਸ਼ਨ ਔਰ ਅਨੀਮਿਕ ਬੱਚਾ ਜੀ ਜੀ ਇਹਨਾਂ ਵਾਸਤੇ ਵੀ ਅਸੀਂ ਜਿਹੜਾ ਮੈਂ ਦੱਸਿਆ ਤੁਹਾਨੂੰ ਪਹਿਲੇ ਹੀ ਕੇ ਜੋ ਨਿਊਟ੍ਰੀਸ਼ਨ ਫੂਡ ਹੈ ਉਹ ਦਿੰਦੇ ਹਾਂ ਹਾਂ ਕੋਵਿਡ ਦੇ ਦੌਰਾਨ ਸਾਨੂੰ ਜ਼ਰੂਰ ਪ੍ਰੋਬਲਮ ਆਈ ਸੀ ਕਿ ਅਸੀਂ ਬੱਚਿਆਂ ਨੂੰ ਆਂਗਨਵਾੜੀ ਸੈਂਟਰਸ ਦੇ ਵਿੱਚ ਅਸੀਂ ਨਹੀਂ ਲੈ ਕੇ ਆ ਰਹੇ ਫਿਰ ਅਸੀਂ ਪ੍ਰੋਗਰਾਮ ਇਹ ਬਣਾਇਆ ਕਿ ਅਸੀਂ ਉਹਨਾਂ ਦੇ ਡੋਰ ਸਟੈਪ ਦੇ ਉੱਤੇ ਜੀ ਜੀ ਮੈਂ ਦੇਖੀ ਸੀ ਤੁਹਾਡੀ ਰਿਪੋਰਟ ਹਾਂਜੀ 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 ਡਰਾਈ ਰੈਸ਼ਨਿੰਗ ਜਿਹੜੀ ਹੈ ਅਸੀਂ ਡਰਾਈ ਰੈਸ਼ਨ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਔਰ ਬਲਕਿ ਜੋ ਪ੍ਰੈਗਨੈਂਟ ਵਿਮਨ ਹੈ ਉਹਨਾਂ ਦੀ ਇਮਿਊਨਾਈਜੇਸ਼ਨ ਦਾ ਕੰਮ ਵੀ ਆਂਗਨਵਾੜੀ ਵਰਕਰਸ ਦੇਖਦੇ ਨੇ ਉਹਨਾਂ ਦਾ ਪੂਰਾ ਰੈਕਾਰਡ ਰੱਖਦੇ ਨੇ ਔਰ ਲੈਕਟੇਟਿੰਗ ਮਦਰਸ ਨੂੰ ਵੀ ਨਿਊਟ੍ਰੀਸ਼ਨ ਫੂਡ ਜਿਹੜਾ ਹੈ ਨਿਊਟ੍ਰੀਸ਼ਨ ਫੂਡ ਜਿਹੜਾ ਹੈ ਤਾਂ ਕਿ ਉਹਨਾਂ 'ਚ ਕਿਸੇ ਚੀਜ਼ ਦੀ ਕਮੀ ਨਾ ਆਵੇ ਉਹਨਾਂ ਦਾ ਬਲੱਡ ਆਮ ਤੌਰ 'ਤੇ ਲੇਡੀਜ਼ ਅਨੀਮਿਕ ਹੋ ਜਾਂਦੀਆਂ ਨੇ ਸੋ ਉਹਨਾਂ ਦਾ ਪੂਰਾ ਧਿਆਨ ਰੱਖਣ ਵਾਸਤੇ ਅਸੀਂ ਤਾਂ ਟਾਈਮ ਟੂ ਟਾਈਮ ਅਸੀਂ ਵੀ ਚੱਕਰ ਲਗਾਉਂਦੇ ਹਾਂ ਕਦੀ ਕਦੀ ਪ੍ਰੋਗਰਾਮ ਬਣਾ ਲਈਦਾ ਕਿਸੇ ਨਾ ਕਿਸੇ ਆਂਗਨਵਾੜੀ 'ਚ ਵਿਜ਼ਿਟ ਕਰ ਲਈਦਾ ਕਿ ਪ੍ਰੈਕਟੀਕਲੀ ਕੋਈ ਅਗਰ ਕੋਈ ਡਿਫੀਕਲਟੀ ਆ ਰਹੀ ਹੈ ਤਾਂ ਕਿ ਉਹਦੇ ਬਾਰੇ 'ਚ ਉਹਨੂੰ ਹੱਲ ਕੀਤਾ ਜਾ ਸਕੇ ਜੀ ਡਾਕਟਰ ਬਾਜਵਾ ਆਪਣੇ ਨਾਲ ਜੁੜ ਗਏ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਸੀਂ ਓਨਰ ਹੋ ਮੈਡਮ ਜੀ ਵੀ ਓਨਰ ਨੇ ਸਵਾਗਤ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਡਾਕਟਰ ਬਾਜਵਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਾਂਜੀ ਹਾਂ ਔਰ ਮਾਨਯੋਗ ਅਰੁਣਾ ਚੌਧਰੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਪਰ ਬਹੁਤ ਚੰਗੀ ਇਨਫੋਰਮੇਸ਼ਨ ਦੇ ਰਹੇ ਹੈ ਪਰ ਮੇਰੇ ਥੋੜੇ ਜਿਹੇ ਨਿੱਕੇ ਨਿੱਕੇ ਸਵਾਲ ਹੈ ਜੀ 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 ਹਾਂ ਇੱਕ ਤਾਂ ਇਹ ਹੈ ਕਿ ਇਹਨਾਂ ਦਾ ਮਹਿਕਮਾ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਮਹਿਕਮਾ ਹੈ ਜੀ ਕਿਉਂਕਿ ਉਹਦੇ ਬਹੁਤ ਫੰਕਸ਼ਨ ਹੈ ਮੈਂ ਦੇਖਿਆ ਅਬਾਊਟ 48 ਫੰਕਸ਼ਨਸ ਹੈ ਜੀ ਪਰ ਮੇਰਾ ਇੱਕ ਇਹਨਾਂ ਨੂੰ ਸੁਝਾਅ ਹੈ ਬਈ ਔਰ ਪੰਜਾਬ ਗੌਰਮੈਂਟ ਨੂੰ ਵੀ ਇਹਨਾਂ ਨੂੰ ਵੀ ਇਹਨਾਂ ਦੇ ਮਹਿਕਮੇ ਵਿੱਚ ਜਿਹੜੇ ਗੌਰਮੈਂਟ ਮੁਲਾਜ਼ਮ ਇੱਥੇ ਬੈਠ ਕੇ ਹੈਂਡਲ ਕਰਦੇ ਹੈ ਉਹਨਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ ਜਿਵੇਂ ਹੁਣ ਲੁਧਿਆਣਾ ਦਫ਼ਤਰ ਹੈ ਉੱਥੇ ਇਹਨਾਂ ਦੀਆਂ 7 ਪੋਸਟਾਂ ਹੈ 3 ਖਾਲੀ ਹੈ ਕਿਉਂਕਿ ਇਹਨਾਂ ਦੇ ਨਾਲ ਬਹੁਤ ਹਾਊਸ ਹੋਲਡ ਜਿਹੜੇ ਹੈ ਉਹਨਾਂ ਦੇ ਪੇ ਚੈੱਕ ਜਿਹੜੇ ਹੈ ਉਹ ਹੋਰ ਡੇਟੇ ਕਰਨੇ ਸਰਵੇ ਕਰਨੇ ਸੋ ਇੱਕ ਤਾਂ ਇਹ ਉਹ ਪੂਰਾ ਕਰਨ ਹੁਣ ਮੈਂ ਅੱਗੋਂ ਇਹ ਗੱਲ ਚੱਲਦਾ ਇਹ ਕੈਬਨਿਟ ਮਿਨਿਸਟਰ ਵੀ ਹੈ ਦੂਜਾ ਸਵਾਲ ਇਹ ਹੈ ਕਿ ਜਿਹੜਾ 2017 ਦਾ ਬਜਟ ਸੀਗਾ ਟੋਟਲ ਪੰਜਾਬ ਦਾ ਉਹ ਕੋਈ 2 ਲੱਖ ਕਰੋੜ ਦੇ ਲਾਗੇ ਸੀਗਾ ਪਰ ਜਿਹੜਾ ਇਹਨਾਂ ਨੇ 2021 ਚ ਹੁਣ ਕੀਤਾ ਹੈ ਉਹ ਕੋਈ 1,60,000 ਕਰੋੜ ਦੇ ਲੱਗ ਗਿਆ ਇਹ ਇੰਨੇ ਇਹਨਾਂ ਦੇ ਰੈਵਨਿਊ ਕਿਉਂ ਘੱਟ ਗਏ ਔਰ ਤੀਜੀ ਚੀਜ਼ ਇਹ ਹੈ ਕਿ ਇਹਨਾਂ ਨੇ ਮਾਨਯੋਗ ਮਿਨਿਸਟਰ ਜੀ ਨੇ ਜੂਨ ਦੀ ਇੱਕ ਮੀਟਿੰਗ 'ਚ ਪ੍ਰੈਸ ਕਾਨਫਰੰਸ 'ਚ ਇਹ ਪੈਨਸ਼ਨ ਡਬਲ ਕੀਤੀ ਜਿਹੜੀ ਇਹਨਾਂ ਨੇ ਦੱਸੀ ਹੈ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਕਾਫੀ ਬਜਟ 'ਤੇ ਇਹਨਾਂ ਦੇ ਫਰਕ ਪੈਣਾ ਔਰ ਨੰਬਰ 2 ਇਹਦੇ ਨਾਲ ਇਹਨਾਂ ਨੇ ਇੱਕ ਕੋਈ 35 ਏਕੜ 'ਚ ਉਹ ਪੈਰਾਲਾਈਜ਼ ਤੇ ਡਿਸੇਬਲ ਵਾਸਤੇ ਪਾਰਕ ਵੀ ਬਣਾਇਆ ਔਰ ਬਾਕੀ ਮਹਿਕਮਿਆਂ ਨੂੰ ਇਹ ਬੇਨਤੀ ਕੀਤੀ ਇਹਨਾਂ ਨੇ ਬਈ ਸਾਨੂੰ ਇਹ ਲਿਖ ਕੇ ਦਿਓ ਵੀ ਅਸੀਂ ਕੁਝ ਹੋਰ ਪੋਸਟਾਂ ਜਾਂ ਕੋਈ ਪ੍ਰੋਗਰਾਮ ਕਰੀਏ ਹੁਣ 4.5 ਸਾਲ ਇਹਨਾਂ ਦੀ ਟੀਮ ਨੂੰ ਲੰਘ ਗਏ ਹੈ ਕਿ 4.5 ਸਾਲ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ ਪਰ ਮੇਰਾ ਲਾਸਟ ਕੁਐਸਚਨ ਇਹ ਹੈ ਕਿ ਜਿਹੜਾ ਇਹਨਾਂ ਦਾ ਬਜਟ ਹੈ 2017 20% ਸੀਗਾ ਹੁਣ ਇਹਨਾਂ ਦਾ ਬਜਟ ਘੱਟ ਕੇ 15% ਹੋ ਗਿਆ ਵਾਅਦੇ ਇਹਨਾਂ ਨੇ ਬਹੁਤ ਕਰ ਦਿੱਤੇ ਹੈ ਇਹ ਚੀਜ਼ਾਂ ਪੂਰੀਆਂ ਕਿਵੇਂ ਹੋਣਗੀਆਂ ਤੇ ਠੀਕ ਹੈ ਇਲੈਕਸ਼ਨ ਈਅਰ ਤਾਂ ਹੈ ਬਈ ਇਹ ਵਾਅਦੇ ਕਰਨੇ ਚਾਹੀਦੇ ਆ ਪਰ ਮੇਰੀ ਇਹਨਾਂ ਨੂੰ ਇੱਕ ਬੇਨਤੀ ਆ ਕਿ ਇਹਨਾਂ ਦਾ ਮਹਿਕਮਾ ਬਹੁਤ ਇੰਪੋਰਟੈਂਟ ਹੈ ਇਹਨਾਂ 'ਚ ਕਿਸੇ ਚੀਜ਼ ਦੀ ਕਟੌਤੀ ਨਹੀਂ ਹੋਣੀ ਚਾਹੀਦੀ ਜੋ ਇਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਚਾਹੀਦੇ ਆ ਜੀ ਜੀ
धन्यवाद जी डॉक्टर साहब, धन्यवाद। ये डॉक्टर यशपाल सिंह बाजवा जी मैडम जी इत्थे रिटायर्ड हो चुके ने ते आप दे विचार रखते रहने, तुसी इन्हां दा दिओ आंसर ते अपने को टाइम 5-7 मिनट ही है और तो दुआ दा पागे जाने। डॉक्टर बाजवा साहब सत श्री अकाल जी, तुसी बड़ा अच्छा सवाल पूछा है। जरा तुसी बजट दी फिगर दसी है, असी बजट हमेशा ज़्यादा भेजते हैं लेकिन सानू मिलता उसका चौथा हिस्सा भी नहीं मिलता। सो इस करके असी इस बारी उन्होंने पूछ के दिता भाई जिन्हें पैसे तुसी देने हैं असी उस हिसाब का ही बजट भेजिए, कि एवं लोग सानू बाद में पूछा जाता है ईवन विधानसभा च भी। जी 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 दर्शकों लगता साड़ी जिहड़ी कनैक्टिविटी है मैडम अरुणा चौधरी नाल कट गई है, असी कोशिश करांगे उन्हां नूं फिर किसे दिन लिया के तुहाडे रूबरू करिए। अज वक्त इजाजत नहीं दे रहा क्योंकि 5-7 मिनट ही रह गए ने प्रोग्राम दे विच, ते मेरे को बहुत वधिया जिहड़ियां चीज़ां जिहड़ियां तुहाडे नाल शेयर करना चाहुंदा सीगा वह मैं ये तुहाडे नाल कहना जरूर शेयर करूँगा क्योंकि वक्त अपने को 5-4 मिनट हैगा हाले कि तो तुसीं आपदे सुझाव रखियो जरूर। सेंट्रल गौरमेंट दे विच जिहड़ा फेरबदल होया है कि वह इलैक्शनां नूं देख के होया, पर जिहड़े पुराने वड्डे चेहरे सीगे डॉक्टर हर्षवर्धन, प्रकाश जावड़ेकर, सदानंद गौड़ा, तो उस तो बाद मैनूं लगदा रविशंकर प्रसाद जिहड़ा कि आपदे बहुत वधिया डिपार्टमेंट च आपदा काम कर रहे सीगे, तो उन्हां नूं उन्हां तों इस्तीफा लै के नवे चेहरे मूहरे लियाना वह भी एट दिस टाइम जो पांच राज्यों जिहड़ियां स्टेट इलैक्शन सिर दे उत्ते हो, उस दो एंगल खड़े होंदे हैं दर्शको, एक एंगल तो खड़ा हो जाता है कि भी यह इन्हां नूं हटा के नवे चेहरियां नूं जो है इंट्रोड्यूस कराया जाए ताकि वह ज़्यादा काम कर सकन, या एक एंगल यह होंदा है कि जिहड़े वड्डे पुराने जिहड़े चेहरे आ जिन्हां को ज़्यादा एक्सपीरियंस है लाइफ दे विच आपदी जिंदगी दे विच, तुसीं देख लो अड्ड अड्ड स्टेटां दे बंदे ने उहो, ते उन्हां स्टेटां च इलैक्शन भी आने वाले ने, कि उन्हां नूं सिर्फ तो सिर्फ फ्री किया गया आ उस टाइम ताईं जिन्ने चिर वह स्टेटां ते इलैक्शन ना हो जाण, भी उस स्टेटां ते जा के वह उत्थे नवें धरातल दे उत्ते कम करन, ते फिर जा के आपां जो है उत्थों दीआं गौरमेंटां नूं दोबारा भारतीय जनता पार्टी नूं उत्थे कामयाब किया जाए, तो फिर असीं दोबारा तो उन्हां नूं किसे ना किसे अहुदे ते दोबारा लिआंदा जाए। तुसीं आपदे सुझाव जरूर रखना। तो दर्शको जिहड़ा नारी शक्ति की मैं गल कीती सी उह घटना लखीमपुर खीरी उत्तर प्रदेश की है, आपां बार बार डॉक्टर हरशिंदर कौर जी भी साडे नाल जुड़दे ने, अज भी माणियोग चौधरी अपने अरुणा चौधरी जुड़े सी बीइंग अ वूमेन, मैं उन्हां को एक क्वेश्चन करना सीगा हले जो मंदभागियां घटनावां वापर रहियां ने पंजाब दे विच, खास करके लेडीज़ नूं लै के, तुसीं एक ताज़ी घटना सुनी होनी संगरूर लागे दी जिहड़ी मैं आपदी जबान तो दोबारा दोहरा भी नहीं सकदा गा, पर कोशिश करांगे इन्हां नूं मैडम जी नूं लिया के आपां फिर किस दिन तुहाडे रूबरू करिए। अगले हफ्ते नवीं शख्सियतां दे नाल मैं तुहाडे रूबरू होऊंगा, उदों तक अपना पूरा ख्याल रखना क्योंकि थर्ड वेरिएंट जुड़ फड़ लिया। मेरे वल्लों तुहानूं सारिआं नूं प्यार भरी सत श्री अकाल, नमस्कार, आदाब ते शब्बा खैर, टेक केयर।